ਹੱਡਾ ਰੋੜੀ ਦੇ ਵਿੱਚ ਕਹਿੰਦੇ ਸ਼ੂਟਿੰਗ ਕੀਤੀ ਹੈ ਦੀ ਫਿਲਮ ਦੀ ਚੇਤਾ ਸਿੰਘ ਦੀ ਉੱਥੇ ਫਿਰ ਤੁਸੀਂ ਐ ਨਹੀਂ ਕਿ ਟੂ ਮੱਚ ਡੈਡੀ ਬਿਲਕੁਲ ਉਸ ਦਿਨ ਮੈਂ ਵੀ ਗਵਾਹ ਵੀ ਇਹਨੇ ਸ਼ੂਟ ਹੀ ਵੱਟਤੀ ਉੱਥੋਂ ਯਾਰ ਮੈਂ ਵੀ ਐ ਬੰਦੇ ਦੇ ਐ ਮਾਰਦਾ ਬੰਦਾ ਐ ਚੱਕੀ ਫਿਰਦਾ ਹੱਡਾ ਰੋੜੀ 'ਚ ਰਹਿੰਦਾ ਵੀ ਇਸ ਕਿਸਮ ਦਾ ਵੀ ਹੈਗਾ ਉਸ ਵੇਲੇ ਦੇ ਵਿੱਚ ਜਦੋਂ ਨਵੇਂ ਤਜਰਬੇ ਸਿਨੇਮੇ ਦੇ ਵਿੱਚ ਹੋਣ ਲੱਗੇ ਹਨ ਜੀ ਉਦੋਂ ਚੇਤਾ ਸਿੰਘ ਨੂੰ ਕਿੱਥੇ ਜੇ ਵੇਖਦੇ ਆ ਇੱਕ ਮੇਰਾ ਉਹ ਸੀਗਾ ਨਾਲ ਸਿਕਿਉਰਿਟੀ ਵਾਲਾ ਤੇ ਉਹ ਨਾ ਚੱਕੀ ਲਿਆਵੇ ਸਿੰਘ ਤੋਂ ਫੜ ਕੇ ਮੈਨੂੰ ਲੱਗਦਾ ਮੱਚ ਤੱਕ ਪਤਾ ਨਹੀਂ ਕਿਹਦਾ ਮੂਵ ਸੀ ਓ ਮਾਈ ਗੋਡ ਮੈਂ ਕਿਹਾ ਓਏ ਮੈਂ ਦੇਖ ਜੱਬ ਜੀ ਦੇਖੀ ਸੀ ਕਹਿੰਦੇ ਉਹ ਜਾਂਦੀ ਬੈਂਟੀ ਚ ਤੁਹਾਡੇ ਉੱਪਰ ਇਹ ਕਿਰਦਾਰ ਕਿੰਨਾ ਕੁ ਚਿਰ ਅਸਰ ਪਾਉਂਦੇ ਰਹਿੰਦੇ ਨੇ ਜਦੋਂ ਇਹਦੇ ਚ ਗੜੋਚ ਹੋ ਜਾਂਦੇ ਮੈਂ ਤਾਂ ਕਦੀ ਕਿਸੇ ਪੰਜਾਬੀ ਫਿਲਮ 'ਚ ਹੱਡਾ ਰੋੜੀ ਦਾ ਸੈਟਅਪ ਨਹੀਂ ਦੇਖੇ ਅੱਲੂ ਅਰਜਨ ਵੀ ਘੈਂਟ ਲੱਗਦਾ ਉਹ ਜਿਹੜਾ ਮੋਢਾ ਜਿਹਾ ਸਿੱਟ ਕੇ ਚੱਲਿਆ ਸੀ ਨਾ ਚੱਪਲ ਜੀ ਲਾਉਂਦਾ ਉਦੋਂ ਮੈਨੂੰ ਲੱਗਿਆ ਸੀ ਵੀ ਚੱਪਲ ਪੰਮੇ ਦੀ ਵੀ ਲੈਂਦੀ ਆ ਉੱਥੇ ਰਾਤ ਨੂੰ ਵੀ ਰੈਸਲ ਕਰਨਾ ਉਹ ਪਰਾਂ ਮੁਰਦਾ ਸੜੀ ਜਾਂਦਾ ਇੱਥੇ ਉਵੇਂ ਜੇ ਠੰਡ ਦੇ ਦੇਣਾ ਤੇ ਬਾਈ ਨੇ ਕਹਿਣਾ ਵੀ ਉਹ ਕੋਲੇ ਜੇ ਚੱਕ ਲਓ ਇਹਨੂੰ ਯਾਰ ਠੰਡ ਆ ਇੱਕ ਹੋਰ ਮੇਰਾ ਸਾਥੀ ਆ ਜੀ ਉਹ ਕਹਿੰਦਾ ਵੀ ਜਿੰਨਾ ਠਹਿਰਾ ਤੇ ਜਿਵੇਂ ਝੋਲ ਮਾਰਦੀ ਪ੍ਰਿੰਸ ਕਮਲਜੀਤ ਦੀ ਆਵਾਜ਼ ਆ ਕੁਛ ਖਾਂਦਾ ਸੱਚੀ ਖਾਂਦੇ ਹੋ ਮਾਵਾ ਮੈਨੂੰ ਕਿਸੇ ਨੇ ਰੋਲ ਜਿਹਨੇ ਵੀ ਦੇਣਾ ਉਹਨੇ ਅਮਲੀ ਦਾ ਰੋਲ ਦੇ ਦਿੰਦਾ ਹੈ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਹੀ ਵਧੀਆ ਚੜ੍ਹਦੀ ਕਲਾ ਜ਼ਿੰਦਾਬਾਦ ਅੱਜ ਤਾਂ ਪੂਰਾ ਚਾਹ ਚੜਿਆ ਹੋਣਾ ਬਿਲਕੁਲ ਚਾਹ ਚੜ੍ਹਦੇ ਹੀ ਆ ਹਾਂ ਅਸੀਂ ਪਿੰਡਾਂ ਵਾਲੇ ਜੀ ਇੱਕੋ ਜ਼ਿਲ੍ਹੇ ਵਾਲੇ ਹਾਂ ਫਰੀਦਕੋਟ ਜ਼ਿਲ੍ਹੇ ਵਾਲੇ ਇਕੱਠੇ ਜੋ ਹੋਏ ਆ ਤਾਂ ਹੀ ਕਿਹਾ ਸੀ ਮੈਂ ਤੇ ਕੁਦਰਤੀ ਆ ਕੁਦਰਤੀ ਆ ਜੇ ਮੰਨ ਲਓ ਤੁਹਾਡੇ ਧੀਣੇ ਪਿੰਡ ਵੱਲੋਂ ਉਹ ਕੁੜੀ ਆ ਕੇ ਮਿਲੇ ਤੁਹਾਨੂੰ ਤੇ ਸੰਸਾਰਪੁਰ ਵਾਲੇ ਨੂੰ ਚਾਹ ਹੀ ਚੜਦਾ ਪੂਰਾ ਚੜਦਾ ਕੋਈ ਜਮਸ਼ੇਰ ਤੋਂ ਆ ਜੇ ਜੀ ਕੋਈ ਕੁੱਕੜ ਪਿੰਡ ਤੋਂ ਆ ਜੇ ਆਲੇ ਦੁਆਲੇ ਆ ਜੇ ਤੁਸੀਂ ਕਹੋਗੇ ਲੈ ਇਹ ਤਾਂ ਮੇਰੀ ਭੈਣ ਵਰਗੀ ਆ ਦੁਆਬੇ ਵਾਲੇ ਸਦਾ ਹੀ ਚਾਹ 'ਚ ਰਹਿੰਦੇ ਨੇ ਹਾਂ ਤੇ ਅੱਜ ਤਾਂ ਪੂਰਾ ਪੰਜਾਬ ਇਕੱਠਾ ਹੋਇਆ ਬੈਠਾ ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਆ ਇੱਕ ਉਹ ਪੰਜਾਬ ਜਿਹੜਾ ਕਿ ਆਸਟ੍ਰੇਲੀਆ ਕੈਨੇਡਾ ਅਮਰੀਕਾ ਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਵਸਦਾ ਜੀ ਉੱਥੋਂ ਵੀ ਆਏ ਨੇ ਜਪਜੀ ਖਹਿਰਾ ਜੀ ਤੇ ਮੇਰੇ ਬਹੁਤ ਸਤਿਕਾਰਯੋਗ ਬਾਈ ਜੀ ਨੇ ਜਿਹੜੇ ਪ੍ਰਿੰਸ ਕਮਲਜੀਤ ਸਿੰਘ ਜਿਨ੍ਹਾਂ ਨੂੰ ਅਸੀਂ ਪੰਮਾ ਵੀ ਕਹਿੰਦੇ ਆ ਜਾਣਦੇ ਸਾਰੇ ਆ ਜਿਨ੍ਹਾਂ ਨੂੰ ਅਸੀਂ ਇਹ ਗੱਲ ਕਹਿੰਦੇ ਵੀ ਪਤਾ ਨਹੀਂ ਕਿਵੇਂ ਜੇ ਝੋਲ ਜੀ ਮਾਰਨੀ ਆਵਾਜ਼ ਦੇ ਵਿੱਚ ਗੱਲ ਕਰਦੇ ਆ ਐ ਜਿਵੇਂ ਨਾ ਪੌਂਗਲੀ ਟਰਾਲੀ ਜੀ ਨੂੰ ਐ ਜੇ ਕਰਕੇ ਜਦੋਂ ਚੱਲਦੇ ਆ ਤੇ ਉਹ ਗੱਲ ਜੀ ਹੋਰ ਲੱਗਦੀ ਆ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕਹਿਣਗੇ ਅਗਲੇ ਸਾਲ ਚੇਤਾ ਸਿੰਘ ਫਿਲਮ ਆਉਣੀ ਆ ਜੀ ਪਹਿਲੀ ਨੂੰ ਜੀ ਤੇ ਉਹਦੇ ਲਈ ਅਸੀਂ ਗੱਲਬਾਤ ਕਰਨੀ ਆ ਤੇ ਸਵਾਗਤ ਕਰੀਏ ਫਿਰ ਉਹਨਾਂ ਦਾ ਬਾਈ ਜੀ ਕੀ ਹਾਲ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਜਦਾਬਾਦ ਬਹੁਤ ਵਧੀਆ ਚੇਤਾ ਸਿੰਘ ਛਾ ਗਿਆ ਫਿਰ ਹੈ ਨਹੀਂ ਦੇਖੋ ਛਾ ਗਿਆ ਇੱਕ ਨਹੀਂ ਲੋਕਾਂ ਦੇ ਚੇਤੇ ਦੇ ਉੱਤੇ ਚੇਤਾ ਸਿੰਘ ਛਾ ਰਿਹਾ ਹਾਂ ਬਿਲਕੁਲ ਉਹ ਦੂਜੇ ਪਾਸਿਓਂ ਜ਼ਿਆਦਾ ਪਤਾ ਲੱਗਦਾ ਹਾਂ ਥੋੜੇ ਵਾਲੇ ਪਾਸਿਓਂ ਜ਼ਿਆਦਾ ਪਤਾ ਲੱਗਦਾ ਪਰ ਇੱਕ ਹੋਰ ਗੱਲ ਦੱਸਦਾ ਵੀ ਅੱਜ ਕੱਲ ਤਾਂ ਰਿੰਕੂ ਟਿੰਕੂ ਦਾ ਜ਼ਮਾਨਾ ਕੋਈ ਵੇਲਾ ਸੀ ਜਦੋਂ ਦੇਸੀ ਮਹੀਨਿਆਂ ਤੇ ਦਰਖਤਾਂ ਦੇ ਨਾਂ ਦੇ ਉੱਤੇ ਵੀ ਮੁਹੱਬਤੀ ਪ੍ਰਕਿਰਿਆ ਸੀ ਵੀ ਕਿੱਕਰ ਸਿੰਘ ਜੰਡ ਸਿੰਘ ਪਿੱਪਲ ਸਿੰਘ ਬੋੜ ਸਿੰਘ ਸਾਡੇ ਵੱਡੇ ਵਡੇਰਾਂ ਦੇ ਨਾਂ ਸੀ ਉਵੇਂ ਚੇਤ ਦੇ ਮਹੀਨੇ ਤੇ ਚੇਤਾ ਸਿੰਘ ਤੇ ਮੱਘਰ ਦੇ ਮਹੀਨੇ ਤੇ ਮੱਘਰ ਸਿੰਘ ਤੇ ਫੱਗਣ ਦੇ ਮਹੀਨੇ ਤੇ ਫੱਗਣ ਸਿੰਘ ਵੀ ਬਣਦਾ ਸੀਗਾ ਇਹ ਉਹ ਚੇਤਾ ਸਿੰਘ ਆ ਜਿਹੜਾ ਪਾਲਾ ਚੇਤਾ ਬਣ ਗਿਆ ਠੀਕ ਆ ਬਾਈ ਜੀ ਜੀ ਬਿਲਕੁਲ ਬਿਲਕੁਲ ਪਰ ਇਹ ਪਾਲਾ ਚੇਤਾ ਕਿਵੇਂ ਬਣ ਗਿਆ ਪਾਲਾ ਚੇਤਾ ਬਣ ਗਿਆ ਫਿਲਮ ਦੇਖ ਕੇ ਪਤਾ ਲੱਗੂਗਾ ਤੇ ਦੂਜੀ ਗੱਲ ਹੈ ਜਿਹੜੀ ਵੀ ਉਹ ਇੱਕ ਕਿਤਾਬਾਂ ਵਾਲੀ ਦੁਕਾਨ 'ਤੇ ਲੱਗਿਆ ਵਾ ਮੁੰਡਾ ਅਤੇ ਜਿਹੜਾ ਕਲਾਸਾਂ ਵਾਲੀਆਂ ਕਿਤਾਬਾਂ ਜਿਹੜੀਆਂ ਜਿਵੇਂ ਛੇਵੀਂ ਵਾਲੀ ਪ੍ਰੈਕਟੀਕਲ ਹੁੰਦੀ ਸੀ ਡਰੈਂਗ ਵਾਲੀ ਫਾਈਲ ਹੋ ਗਈ ਸਕੈਚ ਸਕੁੱਚ ਮਿਲਦੇ ਜਿਹਨਾਂ ਤੋਂ ਉਹਦੇ 'ਤੇ ਲੱਗਿਆ ਹੋਇਆ ਪਰ ਹੈ ਲਿਟਰੇਰੀ ਨਾਲ ਉਹ ਵੀ ਗੁਰਦਿਆਲ ਸਿੰਘ ਦਾ ਪਰਸਾ ਅਤੇ ਅਸਲ ਇਨਸਾਨ ਦੀ ਕਹਾਣੀ ਇੱਦਾਂ ਦੀਆਂ ਕਿਤਾਬਾਂ ਵੀ ਰੱਖਦਾ ਅਤੇ ਵੇਚਦਾ ਉਹਦੀ ਛੋਟੀ ਭੈਣ ਹੈ ਅਤੇ ਉਹਨੂੰ ਉਹ ਸੋਚਦਾ ਵੀ ਇਹਨੂੰ ਪੜ੍ਹਾ ਲਿਖਾ ਕੇ ਮੈਂ ਵੱਡੀ ਅਫਸਰ ਬਣਾਉਣਾ ਲਾਲ ਬੱਤੀ ਵਾਲੀ ਗੱਡੀ ਇਹਦੇ ਕੋਲ ਹੋਵੇ ਅਤੇ ਨਾਲ ਨਾਲ ਉਹਨੂੰ ਖੋ ਖੋ ਦੀ ਖਿਡਾਰਨ ਵੀ ਹੈ ਕੁੜੀ ਜੇ ਉਹਨੂੰ ਪ੍ਰੈਕਟੀਕਲ ਉਹ 100 ਰੁਪਈਏ ਦੀ ਵੇਚਦਾ ਅਤੇ ਕੋਈ ਜਵਾਕ ਆ ਕੇ ਕਹਿ ਦਿੰਦਾ ਵੀ ਵੀਰੇ ਖੋ ਖੋ ਦੀ ਪ੍ਰੈਕਟੀਕਲ ਦੇ ਦੇ 6ਵੀਂ ਕਲਾਸ ਦੀ ਤਾਂ ਉਹਨੂੰ ਪੁੱਛਦਾ ਵੀ ਤੂੰ ਖੋ ਖੋ ਰੱਖੀ ਕਹਿੰਦਾ ਹਾਂ ਕਹਿੰਦਾ ਚੱਲ 80 ਦੇ ਦੇ ਤੂੰ ਵੀ 80ਆਂ 'ਚ ਦੇ ਦਿੰਦਾ ਇੱਦਾਂ ਦਾ ਬਾਕੀ ਜਰਨੀ ਜਿਹੜੀ ਪਾਲੇ ਤੋਂ ਚੇਤੇ ਸਿੰਘ ਦੀ ਆ ਉਹ ਫਿਲਮ ਦੇਖ ਕੇ ਕਿਤੇ ਤੁਸੀਂ ਉਹ ਕਰੋ ਜ਼ਿਆਦਾ ਮਜ਼ੇਦਾਰ ਬਹੁਤ ਖੂਬ ਅਤੇ ਬਾਈ ਜੀ ਕਦੇ ਵਡਾਂਗਾ ਬਾਲਾ ਕਰਦਾ
ਐਡਾ ਕੱਬਾ ਸੁਭਾਅ ਚੱਕੀ ਫਿਰਦਾ। ਮੈਂ ਤਾਂ ਅੱਜ ਆਪਦੇ ਦਫ਼ਤਰ ਵਾਲੀ ਭੈਣ ਨੂੰ ਕਿਹਾ, ਮੈਂ ਕਿਹਾ ਵੀ ਜੇ ਤੂੰ ਚਾਹ ਬਣਾਉਣੀ ਹੋਵੇ ਨਾ, ਜੇਕਰ ਬੰਦਾ ਕਹੇ ਵੀ ਚਾਹ ਪੀਣੀ ਆ, ਉਹਨੂੰ ਗੈਸ 'ਤੇ ਹੀ ਬਾਲਿਆ ਕਰ। ਉਹ ਅਸਲ 'ਚ ਅਕੇਵਾਂ ਬੰਦੇ ਦਾ ਵੀ ਜਿਹੜਾ ਇੱਕ ਜਦੋਂ ਥੱਲੇ ਦੱਬਿਆ ਹੋਇਆ ਬੰਦਾ, ਆਪਾਂ ਵੈਸੇ ਲੈ ਲਈਏ ਵੀ ਜਦੋਂ ਕੋਈ ਛੋਟਾ ਬੰਦਾ ਵੱਡਾ ਸੁਪਨਾ ਦੇਖਦਾ ਤਾਂ ਉਹਨੂੰ ਕੀ ਮੁਸ਼ਕਲਾਂ ਆਉਂਦੀਆਂ ਜਿਹੜੀਆਂ ਹਰ ਵਿਸ਼ੇ 'ਚ, ਅਤੇ ਉਹਦੇ 'ਤੇ ਹੈ ਉਹ ਇਹ ਉਹਦਾ ਡਾਇਲੋਗ ਆ ਜਿਹੜਾ ਕਹਿੰਦਾ ਵੀ ਜਦੋਂ ਅੰਦਰੋਂ ਕਚੀਚੀ ਆਉਂਦੀ ਹੈ, ਜੇ ਕਰਦਾ ਸੂਰਜ ਚੱਬ ਜਾ, ਜੀ ਕਰਦਾ ਸੂਰਜ ਚੱਬ ਕੇ ਸੁੱਟ ਦਿਆ, ਵੀ ਉਹ ਹੈ ਤਾਂ ਫਿਰ ਉਹ ਚਾਹ ਉਵੇਂ ਹੀ ਬਣਾਊਗਾ। ਅਸੀਂ ਤਾਂ ਕਿਹਾ ਪਤਾ ਨਹੀਂ ਭਾਂਡੇ ਥੁੜ ਗਏ ਇੰਨੇ ਜ਼ਿਆਦਾ ਕਿ ਮੂੰਹ 'ਚ ਚਾਹ ਬਣਾਉਣ ਲੱਗ ਗਏ। ਹਾਂ ਇਹ ਤਾਂ ਹੈ, ਆਪਣੇ ਹੁੰਦਾ ਸੀ ਨਾ ਜਦੋਂ ਕਿਤੇ ਛੋਟੇ ਹੁੰਦੇ ਸੀ ਵੀ ਚਾਹ ਹੀ ਬਣਾ ਲਓ, ਉਹਨੇ ਕਹਿਣਾ ਵੀ ਇੱਥੋਂ ਪਾਣੀ ਪੀ ਲਾ, ਪੱਤੀ ਖਾ ਲਾ, ਖੰਡ ਖਾ ਲਾ ਤੇ ਦੁੱਧ ਪੀ ਲਾ, ਅੰਦਰ ਜਾ ਕੇ ਬਣ ਜੂ, ਹਾਂ ਵੀ ਧੁੱਪੇ ਬਹਿ ਜਾ। ਇਹ ਉਹ ਉਹਨਾਂ ਗੱਲਾਂ ਤੋਂ ਹੀ ਚੱਕੀ ਹੋਈ ਗੱਲ ਹੈ ਜੀ। ਤੇ ਜਪਜੀ ਜੀ ਤੁਸੀਂ ਵੀ ਪੂਰਾ ਰਿਵੋਲਵਰ ਚੱਕਿਆ ਆਈਪੀਐਸ ਅਧਿਕਾਰੀ, ਉਹਦੇ ਵਿੱਚ ਕਿਵੇਂ ਟੌਂ ਟੌਂ ਕਰਦੀ ਗੱਡੀ ਆਉਂਦੀ ਆ, ਵੈਰਿੰਗਾਂ ਨੂੰ ਭਾਜੜਾ ਪਾਉਂਦੀ ਆ, ਜ਼ੁਲਮ ਦਾ ਲਾਸ਼ ਕਰਨ ਨੂੰ ਫਿਰਦੀ ਚਾਹੀਦੀ ਹੈ, ਜ਼ੁਲਮ ਕੋ ਜਲਾ ਦੂੰਗਾ। ਜੀ ਬਿਲਕੁਲ, ਪੁਲਿਸ ਆਫਿਸਰ ਦਾ ਕਿਰਦਾਰ ਮੇਰੇ ਹਿੱਸੇ ਆਇਆ, ਸੋ ਮੈਂ ਪਹਿਲੀ ਗੱਲ ਤਾਂ ਬਹੁਤ ਖੁਸ਼ ਨਸੀਬ ਸਮਝਦੀ ਹਾਂ, ਅਤੇ ਮੈਨੂੰ ਲੱਗਦਾ ਇਹ ਰਾਈਟ ਪਲੈਟਫਾਰਮ ਹੈਗਾ ਕਿ ਮੈਂ ਸਾਗਾ ਵਾਲਿਆਂ ਦਾ ਔਰ ਰਾਣਾ ਜੇਠਵਾਲ ਜੀ ਦਾ ਔਰ ਗੁਰਵਿੰਦਰ ਜੀ ਜਿਹੜੇ ਕਿ ਜਿਨ੍ਹਾਂ ਨੇ ਮਿਲ ਕੇ ਫਿਲਮ ਬਣਾਈ ਆ, ਸੋ ਜਿਨ੍ਹਾਂ ਨੇ ਪੈਸਾ ਲਾਇਆ ਇੱਦਾਂ ਦੇ ਐਕਸਪੈਰੀਮੈਂਟਲ ਸਬਜੈਕਟ 'ਤੇ, ਸੋ ਆਈ ਥਿੰਕ ਉਹਨਾਂ ਨੇ ਇੰਨਾ ਰਿਸਕ ਲਿਆ, ਅੱਜ ਅਸੀਂ ਇੱਥੇ ਬੈਠੇ ਹਾਂ ਤੁਹਾਡੇ ਸਾਹਮਣੇ ਇੰਟਰਵਿਊ ਦੇ ਰਹੇ ਹਾਂ। ਤੋ ਉਹਨਾਂ ਨੇ ਜਦੋਂ ਕੈਰੈਕਟਰ ਔਫਰ ਕੀਤਾ ਸੀਗਾ ਤਾਂ ਮੈਂ ਪਹਿਲਾਂ ਇੰਸਟੈਂਟਲੀ ਯੈਸ ਕਰਤਾ ਕਿ ਪੁਲਿਸ ਔਫਿਸਰ ਦਾ ਕਿਰਦਾਰ, ਫਿਰ ਮੈਨੂੰ ਉਹਨਾਂ ਨੇ ਦੱਸਿਆ ਕਿ ਆਹ ਸਕ੍ਰਿਪਟ ਆ, ਆਹ ਤੁਹਾਡੇ ਡਾਇਲੋਗਸ, ਆਹ ਕਰੈਕਟਰ, ਅਤੇ ਬੜਾ ਰੋਬ ਵਾਲਾ ਲੱਗਾ ਮੈਨੂੰ, ਤਾਂ ਮੈਂ ਕਿਹਾ ਫਿਰ ਇਹ ਛੱਡਿਆ, ਛੱਡਣਾ ਨਹੀਂ ਚਾਹੀਦਾ, ਇਹ ਕਰਨਾ ਚਾਹੀਦਾ ਆ, ਅਤੇ ਪਸੰਦ ਵੀ ਕਰ ਰਹੇ ਨੇ ਸਾਰੇ, ਬਟ ਬਾਕੀ ਦੇਖੋ ਹੁਣ ਫਿਲਮ ਦੇਖ ਕੇ ਫਿਰ ਰਿਜ਼ਲਟ ਆਏਗਾ। ਥੋੜ੍ਹਾ ਜਿਹਾ ਚਿਰ ਪਾ ਦਿੰਦੇ ਆ, ਵਕਤ ਪਾ ਕੇ ਫਿਲਮ ਕਰਦੇ ਆ। ਗੱਲ ਸਹੀ ਆ ਤੁਹਾਡੀ, ਮੈਂ ਥੋੜ੍ਹਾ ਵਕਤ ਪਾ ਕੇ ਕਰਦੀ ਹਾਂ, ਬਟ ਮੈਂ ਅੱਗੇ ਕਹਿੰਦੀ ਹੁੰਦੀ ਹਾਂ ਕਿ ਇੱਕ ਸਾਡੀ ਹੈਗੀ ਆ ਰੀਲ ਲਾਈਫ, ਅਤੇ ਇੱਕ ਹੈਗੀ ਸਾਡੀ ਰੀਅਲ ਲਾਈਫ, ਉਹ ਵੀ ਮੈਨੇਜ ਕਰਨੀ ਹੁੰਦੀ ਆ, ਸੋ ਬੈਲੈਂਸ ਕਰਨਾ ਹੁੰਦਾ ਆ। ਬਾਕੀ ਇੱਦਾਂ ਦੀ ਕੋਈ ਗੱਲ ਨਹੀਂ ਕਿ ਮੈਂ ਜਾਣ ਬੁੱਝ ਕੇ ਕਰਦੀ, ਬਸ ਫਲੋ 'ਚ ਚੱਲਦੀ ਹਾਂ ਅਤੇ ਉਹ ਆਪਣੇ ਆਪ ਗੈਪ ਪੈ ਜਾਂਦਾ। ਮੈਂ ਕੁਆਲਿਟੀ 'ਚ ਜ਼ਿਆਦਾ ਬਿਲੀਵ ਕਰਦੀ ਹਾਂ ਰਾਦਰ ਦੈਨ ਕੁਆਂਟਿਟੀ, ਸੋ ਚਾਹੇ ਮੈਂ ਸਾਲ ਦੀ ਇੱਕ ਫਿਲਮ ਕਰਾਂ ਜਾਂ ਦੋ ਕਰਾਂ, ਮੈਂ ਉਹਦੇ ਨਾਲ ਮਤਲਬ ਸੰਤੁਸ਼ਟ ਹਾਂ। ਮੈਨੂੰ ਇਹ ਆ ਕਿ ਮੈਂ ਆਪਣਾ 100% ਇੱਕ ਚੀਜ਼ ਨੂੰ ਪੂਰਾ ਦੇਵਾਂ, ਰਾਦਰ ਦੈਨ, ਕਿਉਂਕਿ ਮੈਂ ਪਰਸਨਲੀ ਇੱਦਾਂ ਮੈਨੇਜ ਕਰ ਪਾਉਂਦੀ ਹਾਂ, ਸੋ ਮੈਨੂੰ ਬਾਕੀਆਂ ਦਾ ਪਤਾ ਨਹੀਂ ਕਿੱਦਾਂ ਕਰਦੇ, ਕਈ 10 ਵੀ ਕਰ ਲੈਂਦੇ ਆ, ਕਈ ਕਿੰਨੀਆਂ ਫਿਲਮਾਂ ਵੀ ਕਰ ਲੈਂਦੇ ਆ, ਬਟ ਹਰ ਬੰਦੇ ਦੀ ਆਪਣੀ ਇੱਕ ਉਹ ਹੁੰਦੀ ਆ, ਸੋ ਮੇਰੀ ਇਹ ਆ ਕਿ ਮੈਂ ਕੁਆਲਿਟੀ ਨੂੰ ਤਰਜੀਹ ਦਿੰਦੀ ਹਾਂ। ਮਤਲਬ ਸਕ੍ਰਿਪਟ ਨੂੰ ਤੁਸੀਂ ਪਹਿਲਾਂ ਪਹਿਲ ਦੇ ਉੱਪਰ ਰੱਖਦੇ ਹੋ, ਬਾਕੀ ਸਾਰੀਆਂ ਚੀਜ਼ਾਂ ਬਾਅਦ ਜੀ, ਜਿਹਦੇ ਨਾਲ ਮੈਨੂੰ ਲੱਗਦਾ ਕਿ ਮੈਂ ਜਸਟਿਸ ਕਰ ਪਾਵਾਂਗੀ। ਬਹੁਤ ਖੂਬ, ਤੇ ਤੁਸੀਂ ਇਵੇਂ ਕਰਦੇ ਰਹੋ, ਤੁਸੀਂ ਬਲੈਕ ਵਿੱਚ ਵੀ ਛਾ ਜਾਓ। ਅਰੇ ਥੈਂਕ ਯੂ, ਸਿਰਾ ਲਾ ਦਿਓ, ਅਸੀਂ ਪਹਿਲਾਂ ਹੀ ਕਹਿਤਾ ਤੁਹਾਨੂੰ। ਨਹੀਂ ਬਿਲਕੁਲ, ਮੈਂ ਪੋਸਟਰ ਦੇਖਿਆ, ਦੇਵ ਬਾਈ ਨੇ ਮੈਨੂੰ ਦਿਖਾਇਆ ਸੀ ਜੀ, ਕਮਾਲ ਦਾ ਕਰੈਕਟਰ। ਮੈਂ ਜੀ ਕੱਲ ਮੇਰਾ ਇੱਕ ਸਾਥੀ ਮੈਨੂੰ ਕਹਿੰਦਾ ਜੀ, ਕਹਿੰਦਾ ਵੀ ਪ੍ਰਿੰਸ ਕਮਲਜੀਤ ਹੋਰੀ ਨਾ ਆਉਂਦੇ ਸਮੇਂ ਦੇ ਵਿੱਚ ਨਵਾਜ਼ੂਦੀਨ ਸਦੀਕੀ ਬਣ ਜਾਣੇ ਪੰਜਾਬ ਦੇ। ਮੈਂ ਕਿਹਾ ਨਹੀਂ ਯਾਰ, ਅੱਲੂ ਅਰਜਨ ਬਣਨੇ ਉਹ, ਇਹ ਕਹਿਣ ਕੇ ਝੁਕੇ ਗਰੀ ਸਾਲ ਤੁਹਾਡੇ ਮੂੰਹ ਚ ਕਿਉਂ ਸ਼ੱਕਰ, ਤੇ ਦੇਖੋ ਕਿਹਦਾ ਨੀ ਜੀ ਕਰਦਾ ਹੁੰਦਾ। ਬਾਕੀ ਉਹ ਘੈਂਟ ਬੰਦੇ ਆ, ਨਵਾਜ਼ ਬਾਈ, ਇਰਫਾਨ ਸਾਹਿਬ, ਸਾਰੇ ਨਸੀਰ ਸਾਹਿਬ, ਆਪਾਂ ਫੈਨ ਆ ਉਹਨਾਂ ਦੇ, ਤੇ ਜੀ ਕਰਦਾ ਵੀ ਉਹਨਾਂ ਲਈ ਲੀਹ ਦੇ ਮਗਰ ਤੁਰੀਏ, ਜ਼ੋਰ ਲਾਵਾਂਗੇ, ਤੇ ਅੱਲੂ ਅਰਜਨ ਵੀ ਘੈਂਟ ਲੱਗਦਾ ਉਹ ਜਿਹੜਾ ਮੋਢਾ ਜਿਹਾ ਸਿੱਟ ਕੇ ਚੱਲਿਆ ਸੀ ਨਾ, ਚੱਪਲ ਜੀ ਲਾਉਂਦਾ, ਉਦੋਂ ਮੈਨੂੰ ਲੱਗਿਆ ਸੀ ਵੀ ਚੱਪਲ ਪੰਮੇ ਦੀ ਵੀ ਲੈਂਦੀ ਆ ਤੇ ਚੱਪਲ ਇਹਦੀ ਵੀ ਲੈਂਦੀ, ਕਿਤੇ ਨਾ ਕਿਤੇ ਕੋਈ ਗੱਲ ਤਾਂ ਹੈ, ਕੋਈ ਸਮਾਨਤਾ ਤਾਂ ਹੈ ਦੋਸਤ, ਕੋਈ ਪਤਾ ਵਿੱਚ ਪੰਮਾ ਅਰਜਨ ਹੀ ਹੋਵੇ। ਹਾਂ ਬਾਈ ਜੀ, ਇੱਕ ਹੋਰ ਮੇਰਾ ਸਾਥੀ ਆ ਜੀ, ਉਹ ਕਹਿੰਦਾ ਵੀ ਜਿੰਨਾ ਠਹਿਰਾ ਤੇ ਜਿਵੇਂ ਝੋਲ ਮਾਰਨੀ ਪ੍ਰਿੰਸ ਕਮਲਜੀਤ ਦੀ ਆਵਾਜ਼ ਆ, ਕੁਛ ਖਾਂਦਾ। ਹਾਂ ਮੈਨੂੰ ਸਾਰੇ ਕਹਿੰਦਾ ਵੀ ਖਾਂਦਾ ਵੀ ਕਾਲਾ ਕੁਛ, ਤੇ ਮੈਂ ਕਿਹਾ ਕਾਲੇ ਨੂੰ ਇਹ ਕਿਹੜਾ ਰਾਜਨੀਤਿਕ ਪਾਰਟੀ 'ਚ ਇਹ ਨਹੀਂ ਹੁੰਦਾ, ਸੱਚੀ ਖਾਂਦੇ ਹੋ ਮਾਵਾ? ਨਹੀਂ, ਮੈਂ ਤੁਹਾਨੂੰ ਦੱਸਦਾ, ਮੈਨੂੰ ਅਸਲ 'ਚ ਜਦੋਂ ਨਾਟਕ ਸ਼ੁਰੂ ਹੋਏ ਹੋਰ, ਮੈਨੂੰ ਕਿਸੇ ਨੇ ਰੋਲ ਜਿਹਨੇ ਵੀ ਦੇਣਾ ਉਹਨੇ ਅਮਲੀ ਦਾ ਰੋਲ ਦੇ ਦਿੰਦਾ ਸੀ, ਅਤੇ ਜਦੋਂ ਕਿਤੇ ਮੈਂ ਹੁਣ ਤੁਹਾਡੇ 'ਤੇ ਗਾਣੇ ਆ ਗਏ ਆ, ਮੈਂ ਅਮਲੀ ਨਾਲ ਵਿਆਹ ਨਹੀਂ ਕਰਾਉਣਾ, ਕਿਉਂ ਅਮਲੀ ਦਾ ਸੰਬੰਧ ਨਹੀਂ, ਅਤੇ ਉੱਦਾਂ ਦਾ ਨਹੀਂ ਹੈ ਕੁਛ ਖਾਂਦਾ, ਮਾਲ ਮੂਲ ਜਾਂ ਉਵੇਂ ਕਰਕੇ ਨਹੀਂ ਹੈ, ਵੈਸੇ ਹੀ ਸਹਿਜਤਾ ਜੀ, ਅਤੇ ਜਿਵੇਂ ਆਪਣੇ ਪਰਿਵਾਰਾਂ 'ਚੋਂ ਨਹੀਂ ਹੁੰਦਾ ਵੀ ਫਾਦਰ ਸਾਹਿਬ ਵਾਹਿਗੁਰੂ ਦਾ ਜਾਪ ਜ਼ਿਆਦਾ ਕਰਦੇ ਸੀ, ਉਹਨਾਂ ਨੇ ਗੱਲਾਂ ਜਿਹੀਆਂ ਉਵੇਂ ਸਮਝਾਈਆਂ ਵੀ ਅਸਲ 'ਚ ਇਹ ਉਵੇਂ ਨਹੀਂ,
ਵੀ ਅਸਲੀ ਲਾਈਫ ਉਹ ਆ ਵੀ ਲੱਲੂ ਕਰੇ ਕਰ ਵੱਲੀਆਂ ਰੱਬ ਸਿੱਧੀਆਂ ਪਾਉਂਦਾ, ਕੋਈ ਬਾਹਲੇ ਸਿਆਣੇ ਬਣਨ ਦੀ ਲੋੜ ਨਹੀਂ ਹੈ, ਵੀ ਜਿੰਨਾ ਕੁ ਹੈ ਤੁਹਾਡਾ ਸਿਸਟਮ ਉਸ ਹਿਸਾਬ ਨਾਲ ਚੱਲਦੇ ਰਹੋ। ਅਤੇ ਇਨਸਾਨ ਆ ਜਿਹੜਾ ਉਹ ਕਦੇ ਗਲਤ ਕੁਛ ਕਰਦਾ ਨਹੀਂ ਗਾ, ਉਹ ਜੇ ਤੁਸੀਂ ਅੰਦਰੋਂ ਚੱਲਦੇ ਹੋ ਨਾ ਮਨੋ ਦਿਲੋਂ ਚੱਲਦੇ ਆ ਤਾਂ ਫਿਰ ਕੁਛ ਰੋਂਗ ਹੋ ਨਹੀਂ ਸਕਦਾ, ਅਤੇ ਕਦੇ ਹੋਇਆ ਵੀ ਨਹੀਂ। ਮੈਂ ਜੇ ਤੁਹਾਨੂੰ ਯਾਦ ਹੋਵੇ ਪਹਿਲਾਂ ਨਾਟਕ ਰੱਬਾ ਰੱਬਾ ਮੀਂਹ ਵਰਸਾ ਲਿਖਿਆ, ਮੈਨੂੰ ਲਿਖਣਾ ਨਹੀਂ ਆਉਂਦਾ ਸੀ, ਮੈਨੂੰ ਕੁਛ ਨਹੀਂ ਪਤਾ ਸੀ, ਉਹ ਇੰਨਾ ਚੱਲਿਆ ਇੰਨਾ ਹਿੱਟ ਹੋਇਆ ਵੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਮੈਂ ਉਦੋਂ ਬਾਅਦ ਉਹ ਲਿਖ ਕੇ ਅਤੇ ਕੰਮ ਕਰ ਲਿਆ ਰੈਡੀਮੇਡ ਦਾ, ਅਤੇ ਉਹ ਕੰਮ ਇੰਨਾ ਚੱਲਿਆ ਵੀ ਔਰ ਪ੍ਰਿੰਸੇ ਨੇ ਰੱਬਾ ਰੱਬਾ ਮੀਂਹ ਵਰਸਾਲੇ ਨੇ ਦੁਕਾਨ ਕੀਤੀ ਆ, ਚਲੋ ਵੀ ਮਹੂਰਤ ਕੀਤਾ 10:30 ਅਤੇ 12:30 ਵਜੇ ਨੂੰ ਤਾਂ ਕੱਪੜੇ ਵੇਖ ਗਏ ਮੇਰੇ ਸਾਰੇ, ਰਾਤ ਨੂੰ ਫੇਰ ਦਿੱਲੀ ਗਿਆ। ਅਤੇ ਉਵੇਂ ਹੈ, ਪਰਮਾਤਮਾ ਨੇ ਕੁਛ ਉਹ ਐਂ ਵੀ ਨਹੀਂ ਹੋਇਆ। ਅੱਛਾ ਸ਼ੋਅਰੂਮ ਬਹੁਤ ਚੱਲਿਆ, ਅੱਛਾ ਨਾਟਕ ਦੂਜਾ ਚੰਦ ਜਦੋਂ ਰੋਟੀ ਲੱਗਦਾ ਹੈ ਉਹ ਵੀ ਬਹੁਤ ਵਧੀਆ ਚੱਲਿਆ, ਰੱਬ ਜੀ ਥੱਲੇ ਜੋ ਉਹ ਵੀ ਬੜਾ ਵਧੀਆ ਚੱਲਿਆ। ਫਿਰ ਮੈਨੂੰ ਲੱਗਿਆ ਵੀ ਨਹੀਂ ਨਾਟਕ ਯਾਰ ਮੈਂ ਫਿਲਮ ਲਿਖੀ ਹੈ, ਫਿਲਮ ਲਿਖ ਲਈ ਮੈਂ ਜੱਟ ਬੋਇਜ਼ ਪੁੱਤ ਜੱਟਾਂ ਦੇ, ਉਹ ਵੀ ਵਧੀਆ ਰਹੀ। ਫਿਰ ਮੈਨੂੰ ਲੱਗਿਆ ਯਾਰ ਵੀ ਇੰਨੇ ਸਾਲ ਹੋ ਗਏ, 12-13 ਸਾਲ ਹੋ ਗਏ ਰੈਡੀਮੇਡ ਦਾ ਕੰਮ ਕਰਦੇ ਨੂੰ, ਵੀ ਤੋਰੀ ਫੁਲਕੇ ਦੇ ਚੱਕਰ 'ਚ ਲੱਗੇ ਸੀ, ਜਾਣਾ ਤਾਂ ਫਿਲਮਾਂ 'ਚ, ਮੈਂ ਇੱਧਰ ਨੂੰ ਨਿਕਲਿਆ, ਇੱਧਰ ਵੀ ਕੰਮ ਠੀਕ ਰਿਹਾ। ਫਿਰ ਰੈਡੀਮੇਡ 'ਤੇ ਕੌਣ ਬਹਿੰਦਾ? ਬ੍ਰਦਰ ਹਾਂ ਹਾਂ ਹਾਂ, ਇਹ ਵੀ ਕਹਿਣਾ ਨਾ ਵੀ ਉੱਥੇ ਵੀ ਜਾਇਆ ਕਰੋ ਨਾਲ ਨਾਲ, ਉਹ ਵੀ ਕੰਮ ਚੱਲਦਾ, ਆਪਾਂ ਦੋਨੋਂ ਮਸ਼ਹੂਰੀ ਕਰਨੀ ਹੈ। ਹਾਂ ਉਹ ਬ੍ਰਦਰ, ਫਿਰ ਮੈਂ ਜੇ ਪਿੱਛੇ ਧਿਆਨ ਰੱਖਦਾ ਫਿਰ ਇੱਧਰ ਨਹੀਂ ਲੱਗਦਾ, ਬਿਲਕੁਲ ਸਹੀ ਜੀ। ਵੀ ਇੱਥੇ ਆਪਾਂ ਆ ਕੇ ਬਹਿ ਗਏ ਵੀ ਬਾਈ ਨੂੰ, ਮੈਂ ਕਿਹਾ ਵੀ ਬਸ ਹੁਣ ਜੇ ਚਮਚਾ ਵੀ ਲੈਣਾ ਤਾਂ ਇੱਥੋਂ ਹੀ ਲੈਣਾ। ਹਾਂ ਵੀ ਜਿਹੜੀ ਪਹਿਲੀ ਪਲੇਟ ਕਵਲੀ ਗਲਾਸ ਚਮਚਾ ਜਿਹੜਾ ਵੀ ਉਹ ਆਪਦੇ ਹੀ ਇੱਥੋਂ ਕਰਕੇ ਇੱਧਰੋਂ ਹੀ ਥੀਏਟਰ 'ਚੋਂ ਹੀ ਫਿਲਮਾਂ 'ਚੋਂ ਹੀ ਇੱਧਰੋਂ ਹੀ ਮੈਨੂੰ ਕਰੈਕਟਰ ਦੇ ਵਿੱਚ ਜਾਣਾ ਥੋੜਾ ਟਾਈਮ ਲੱਗਦਾ ਕਿਉਂਕਿ ਉਹਦੀਆਂ ਪੁੱਛ ਦੱਸ ਮੈਂ ਥੋੜੀ ਜਿਹੀ ਜ਼ਿਆਦਾ ਕਰਦਾ ਵੀ ਇਹ ਕੀ ਕਰਦਾ, ਇਹ ਕੱਪੜੇ ਕਿਹੋ ਜਿਹੇ ਪਾਉਂਦਾ, ਘਰੇ ਕੀ ਕਰਦਾ, ਇਹਦਾ ਪਿਓ ਹੈਗਾ ਚਾਹੇ ਨਹੀਂ ਹੈਗਾ, ਜੇ ਮਰਿਆ ਵਾ ਨਹੀਂ ਵੀ ਦਿਖਾਉਣਾ ਵੀ ਪਹਿਲਾਂ ਕੀ ਸੀਗਾ, ਜਦੋਂ ਤੁਸੀਂ ਇਹ ਕਰੈਕਟਰ ਘੜਿਆ ਰਾਈਟਰ ਨੇ ਉਹਨੇ ਕਿਵੇਂ ਘੜਿਆ, ਕਿਉਂ ਘੜਿਆ, ਕਿੱਦਾਂ ਦਾ, ਘਰੇ ਰਿਲੈਕਸੋ ਦੀਆਂ ਚੱਪਲਾਂ ਪਾਉਂਦਾ ਕਿ ਨਾਈਕੀ ਦੇ ਨਿਸ਼ਾਨ ਵਾਲੀਆਂ, ਉਹ ਵੀ ਬਾਗੇ ਪੁਰਾਣੇ ਲੈਂਦਾ ਕਿ ਸਮਾਲ ਸਰੋਂ ਇਸ ਫੀਲ 'ਚ ਹੈ, ਵੀ ਉਹ ਸਾਰਾ ਦੇਖ ਕੇ ਅਤੇ ਨਿਕਲਣਾ ਨਹੀਂ ਔਖਾ ਮੇਰੇ ਲਈ। ਅੱਛਾ ਨਿਕਲਣਾ ਨਹੀਂ। ਜੇ ਆਪਾਂ ਗੱਲ ਕਰੀਏ ਜਿਹੜਾ ਇਨਸਾਨ ਆ ਜਾਂ ਬੰਦਾ ਕਰੈਕਟਰ ਦਾ ਬਾਹਲੀ ਛੇਤੀ ਛੱਡਦਾ, ਤਿਲਕਦਾ ਬਹੁਤ ਆ, ਫੜਨਾ ਹੀ ਔਖਾ, ਫੜਨਾ ਹੀ ਔਖਾ, ਛੱਡਿਆ ਤਾਂ ਹੁੰਦਾ ਹੀ ਆ, ਛੱਡਿਆ ਤਾਂ ਚੁਟਕੀ ਦਾ ਕੰਮ ਆ। ਜਪਜੀ ਜੀ ਹੁਣ ਤੱਕ ਤੁਸੀਂ ਬਹੁਤ ਸਾਰੀਆਂ ਫਿਲਮਾਂ 'ਚ ਰੋਮਾਂਟਿਕ ਫਿਲਮਾਂ ਦੇ ਵਿੱਚ ਇੱਕ ਮਤਲਬ ਸੋਲ ਜੀ ਕੁੜੀ ਦੇ ਕਿਰਦਾਰ ਵੀ ਨਿਭਾਏ ਨੇ, ਹੁਣ ਇੱਕ ਪੁਲਿਸ ਆਫਿਸਰ, ਕਿਹੜਾ ਕਿਰਦਾਰ ਤੁਹਾਨੂੰ ਲੱਗਦਾ ਵੀ ਜ਼ਿਆਦਾ ਔਖਾ ਨਿਭਾਉਣਾ? ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਜ਼ਿਆਦਾ ਔਖਾ ਹੋਵੇ ਓਨਾ ਹੀ ਮੈਨੂੰ ਗਰੋ ਕਰਨ ਦਾ ਐਜ਼ ਐਨ ਐਕਟਰ ਮੌਕਾ ਮਿਲੇਗਾ। ਸੋ ਜਦੋਂ ਮੈਂ ਓਵਲੇ ਕੈਰੈਕਟਰ ਕੀਤੇ ਆ, ਨੋਟ ਕਿ ਬਹੁਤ ਔਖੇ ਲੱਗੇ, ਬਟ ਕੁਛ ਨਵਾਂ ਸੀਗਾ, ਤੋ ਇਸ ਕਰਕੇ ਥੋੜ੍ਹਾ ਸੀ ਕਿ ਕਿੱਦਾਂ ਸਕਰੀਨ 'ਤੇ ਨਿਕਲ ਕੇ ਆਏਗਾ, ਹੈ ਨਾ। ਅਤੇ ਔਰ ਹੁਣ ਇਹ ਪੁਲਿਸ ਔਫਿਸਰ ਵਾਲਾ ਆ, ਅਤੇ ਆਈ ਥਿੰਕ ਇਟਸ ਔਖਾ ਤਾਂ ਕੁਛ ਵੀ ਨਹੀਂ ਆ, ਮੈਨੂੰ ਲੱਗਦਾ ਆਈ ਥਿੰਕ ਤੁਹਾਡਾ ਮਾਇੰਡ ਸੈੱਟ ਆ, ਬਟ ਹਾਂ ਤੁਹਾਡਾ ਮਾਇੰਡ ਸੈੱਟ ਆ, ਔਰ ਜੇ ਤੁਸੀਂ ਸ਼ਿੱਦਤ ਨਾਲ ਕੰਮ ਕਰ ਰਹੇ ਹੋ, ਦਿਲੋਂ ਕੰਮ ਕਰ ਰਹੇ ਹੋ, ਤਾਂ ਮੈਨੂੰ ਲੱਗਦਾ ਬਹੁਤ ਆਸਾਨ ਹੋ ਜਾਂਦਾ, ਚੀਜ਼ਾਂ ਫਲੋ ਕਰਨੀਆਂ ਸ਼ੁਰੂ ਹੋ ਜਾਂਦੀਆਂ। ਜੇ ਤੁਸੀਂ ਸਟੱਕ ਹੋ ਜਾਂਦੇ ਹੋ ਕਿ ਓ ਮਾਈ ਗੋਡ ਮੈਂ ਕਰਨਾ, ਜਾਂ ਨਰਵਸ ਹੋ ਜਾਂਦੇ ਹੋ, ਤਾਂ ਉਹ ਕੰਮ ਥੋੜ੍ਹਾ ਖਰਾਬ ਹੋ ਜਾਂਦਾ ਆ। ਸੋ ਮੈਨੂੰ ਯਾਦ ਆ ਜਦੋਂ ਮੈਂ ਪਹਿਲੀ ਫਿਲਮ ਮਿੱਟੀ ਵਾਜਾ ਮਾਰ ਦੀ ਕੀਤੀ ਸੀ, ਤਾਂ ਉਹ ਮੇਰਾ ਪਹਿਲਾ ਕਰੈਕਟਰ ਸੀਗਾ, ਹੈ ਨਾ, ਤਾਂ ਉਹੀ ਜਿਹੜਾ ਸਵੀਟ ਜਿਹਾ ਤੁਸੀਂ ਕਹਿੰਦੇ ਹੋ, ਰੋਮੈਂਟਿਕ ਜਿਹਾ, ਹੈ ਨਾ। ਅਤੇ ਉਦੋਂ ਮੈਂ ਪਹਿਲਾ ਸ਼ੋਟ ਜਦੋਂ ਦੇਣ ਲੱਗੀ ਤਾਂ ਮੈਂ ਸੋਚਿਆ ਕਿ ਮੈਂ ਕਰ ਪਾਵਾਂਗੀ ਕਿ ਨਹੀਂ, ਉਹ ਇੱਕ ਚੀਜ਼ ਆਈ ਮੇਰੇ ਦਿਮਾਗ 'ਚ। ਫਿਰ ਮੈਂ ਮਨਜੀ ਵੱਲ ਦੇਖਿਆ, ਮਨਮੋਹਨ ਜੀ ਵੱਲ, ਮੈਂ ਕਿਹਾ ਇਹਨਾਂ ਨੇ ਮੈਨੂੰ ਸਿਲੈਕਟ ਕੀਤਾ, ਇਹਨਾਂ ਨੇ ਕੁਛ ਤਾਂ ਦੇਖਿਆ ਹੋਊਗਾ, ਇਹਦਾ ਮਤਲਬ ਮੇਰੇ 'ਚ ਉਹ ਹੈ, ਤਾਂ ਫਿਰ ਮੈਨੂੰ ਆਪਣੇ ਅੰਦਰ ਟੈਪ ਕਰਨ ਦੀ ਲੋੜ ਹੈਗੀ ਆ। ਅਤੇ ਆਮ ਲਾਈਕ ਉਹਨਾਂ ਨੇ ਇੰਨਾ ਵਿਸ਼ਵਾਸ ਕਰਕੇ ਇੰਨੀ ਵੱਡੀ ਫਿਲਮ ਹਰਭਜਨ ਜੀ ਦੀ ਉਸ ਟਾਈਮ 'ਤੇ, ਲਾਈਕ ਯੂ ਨੋ ਕਿੰਨੇ ਬਹੁਤ ਉਹੀ ਫਿਲਮ ਮੇਨ ਆਪਣੀਆਂ ਹੁੰਦੀਆਂ ਸੀ ਜਿੱਥੋਂ ਸਿਨੇਮਾ ਰਿਵਾਈਵ ਹੋਇਆ। ਤੋ ਫਿਰ ਮੈਂ ਇਹ ਸੋਚਿਆ ਕਿ ਅਗਰ ਇਹਨਾਂ ਨੇ ਮੇਰੇ 'ਤੇ ਇੰਨਾ ਵਿਸ਼ਵਾਸ ਕੀਤਾ ਤਾਂ ਮਤਲਬ ਕੁਛ ਨਾ ਕੁਛ ਮੇਰੇ ਅੰਦਰ ਹੋਏਗਾ, ਹੁਣ ਮੈਨੂੰ ਲੱਭਣਾ ਪੈਣਾ ਆ। ਸੋ ਆਈ ਥਿੰਕ ਹਰ ਜਦੋਂ ਕੈਰੈਕਟਰ ਔਫਰ ਹੁੰਦਾ ਹੈ ਨਾ, ਉਹ ਤੁਹਾਡੇ ਅੰਦਰ ਕਿਤੇ ਨਾ ਕਿਤੇ ਹੁੰਦਾ ਹੀ ਆ, ਬਿਲਕੁਲ ਰਾਈਟ। ਤੇ ਤੁਹਾਨੂੰ ਆਪਣੇ ਅੰਦਰ ਉਹ ਚੀਜ਼ ਝਾਤੀ ਮਾਰ ਕੇ ਲੱਭ ਕੇ ਤੇ ਉਹਨੂੰ ਪੇਸ਼ ਇੱਕ ਕਰਨ ਦਾ ਤਰੀਕਾ ਵੀ ਫਿਰ ਆਉਣਾ ਚਾਹੀਦਾ ਵਾ, ਬਿਲਕੁਲ, ਸਕਰੀਨ 'ਤੇ, ਹੈ ਨਾ। ਸੋ
दैट इज़ वट आई थिंक. बाकी मैं थोड़ी सहज वाली गल तो आनी ये क्वेश्चन जो इन्हों पूछे हो मैं भी पूछा सी भी इन्ना सहज तो इन्ना ठहराओ कितों आता मैनू भी दसो तो क्योंकि इन्नी फास्ट पेस लाइफ आ इन्नी भज दौड़े है ना. तो फिर इन्होंने मैनू जिदा गल दसी कि अपने बापू जी की भी वह गुरबाणी जुड़े से सो मैं इन्हों की गलों तो यह तत् क्या भी जे तुम गुरबाणी जुड़े हो ना तो ठहराओ वह सहज वो थोड़े अपने आप ही वाहगुरु बस फिर भरी जाता है. सो बिल्कुल सही बिल्कुल गुरबाणी नाल जुड़े रहो. जे भाई जी नो पाए गल के थोड़ा तेज बोलया पर उन्होंने ठीक ता हां मैं बोली ता जाना ते मैनु असि ना डैडी कूल मुंडे फूल करदे सी ते सिमर बाई कर रहे सीगे ओ फिल्मा च लेके आए सिमर जी जिन्ना ने अंग्रेज फिल्म कीती होगी ती ओ मैनु फिल्मा च लेके गए ते इधर मेरे करमजीत बाई ते उधर भल्ला साहब राणा बाई सारे जाने वह मैनू डायलॉग दे दिया भी दिते वे अमरदीप बई ने फिल्म लिखी सी हुण सिमर मेरा बेली से उन्हूं हुंदा सी वे इहनूं डायलॉग देवां तो मैनू डायलॉग दे दिया करना वह मेरी स्पीड घट होया करे मैनू करमजीत बई कहा करना यार थोड़ा तेज बोल टाइमिंग नहीं आ रही भी तू बहुत ढिला स्लो बोलता मैं क्या करना बई उही थोड़े लगे भी ठीक तो है पर भी वो मेरे च भी कह लिए भी रफ्तार उवें बनी नहीं जिहड़ी तेज रफ्तार दा मैं असल च मैं लगता है नहीं गा दड़ाक जां घोड़ा भी ठीक है चली जाओ जिवें उदों एक तुहानूं याद होवे तीन मैंबर बनाउण वाली चली सी स्कीम जी जी गोल्डन माइन कहगी मेरे को मुंडे बहुत आउंदे सी दुकान ते ते मैं उहनां दा शहर वालिआं दा मेन निशाना सी भी इहनूं बना लो इहदे कोल मंडीर बहुत आ तो भी गांह मैंबर जो तुरी जाएंगे भी आप गोल्ड वह मैंबर टाइप तो घर बैठे बहे हो 2200 रुपया वह लेंदे होंगे जी. मैं उन्होंने मित्र मेरा बहुत खास मैं क्या भी वीरे तुसी मेरे तो ना यार 2200 रुपया ले लो मैं पर यह काम नहीं करना वीरे ऐ हो जूगा ऐ चैक आने मैं कह यार मैं रातों रात अमीर होने वाले चक्कर च है नहीं भी वह मेरा मुद्दा है नहीं भी मैं आ ठीक लगता दुकान से शाम को 1000 वाट लिया 100 रुपया बचता पाया 150 बचता पाया भी वह मैं ठीक लगता भी ऐ वाला मेरा काम है नहीं वह सेम ही इधर है भी जिहड़ा हिसाब जहा लैके चलने जिमें जो हों जो परमात्मा ने थोड़े ज जी स्पीड जी भरी भी चाहे वह 30 की है चाहे 20 की है हुण तुसीं गड्डी 20 की स्पीड वाले एवें 80 दे भजोंगे कि डिगोंगे इस करके 20 वाला काम ठीक है. मैं भी 12वीं क्लास दे विच सी हरमन जी ते एक वारी मेरे कोले भी आ गए कहिंदे वी मैंबर बनाओ ते तुहाडा काम चलदा हो जू ते ओह प्रभावित बड़ा करदे हुंदे सी उन्होंने कहना देखो मनुख दी जिंदगी दे विच की हुंदा जे मान लो तुहाडे कोल घर वड्डा होवे तुहाडे कोल कार वड्डी होवे व्हाइट हाउस भी तुसी खरीद सकदे हो व्हाइट मैं कहा पहला मैं पता करना विकदा भी है कि नहीं व्हाइट हाउस तक मैनूं गल्लां समझाउण कमाल दीआं गल्लां हड्डा रोड़ी दे विच कहिंदे शूटिंग कीती है दी फिल्म दी चेता सिंह दी उत्थे फिर तुसी आ नहीं टू मच डर्टी टू मच डर्टी शूट ही वटती उथो हां हां गई मैं मैं देख जाप जी देखी सी कहंदी आंटी फिर इन 10 मिनट उन्होंने समझा भी भाई ओरिजिनल नहीं जिहड़ी कहंदी स्मैल वह कहंदे भी स्मैल उन्होंने जदों आर्ट वालिआं ने बहुत सेम बना लिया तो भूरे अर्गे फेटे ऐ करके चक के मज के मूँह ना फोटो कराई जाते होंगे सी भी वह कहते भी इन्ना रेगूलर भी ना लगे भी एक ऐ जवाड़े जे दींदे बनाए सी ते ऐ तुरिया ने मैं क्या इन्हू रात चुटकला सुनाया सी 80 होने तिकर जाती है उदा का सी माहौल तो वह कहें भी तुम तो मजाक च लै गए आर्ट वाले कहें भी असी तो थोड़ा जहा उवें माहौल रखा भी ये तो बनी नहीं उन्होंने फिर वो थोड़ा उन्होंने पंजाब तुजबा करना स्मैल ही बनाया और वह गल ने काम भी किया भी उत्थे जो कोई नवा जमीन ने उत्थे गए है ना ते वो माहौल उन्होंने फिर स्मैल ही बना के पूरा क्रिएट करता मतलब वो एक्टर नु पूरी फील आ रही थी पूरी फील दी इन्होंने एक तो वो सारे पासे यू नो मरे हुए जड़े जानवर उन्होंने आर्ट वाले ने इतना अच्छा सैटअप सी भी वो लगता सी भी तुसी रियल ओदे च ही आ गए हो और फिर वो स्मैल एंड ऑल दैट तो पूरा मतलब लगता सी भी तुसी एहो जी जगह ते जाके ते किसी नु तुसी मतलब पुलिस सारी भी लभ रही है किसी को है ना तो पहला जिदा इन्होंने कहा कि हाँ जी पहला दिन मेरे लिए बहुत औखा सीगा फिर मैं हूँ फिल्म भी करनी आ काम ली हाँ भी करती आ भी गए हैं वर्दी भी पा ली आ पर करनी किदा है इन्नी होरिफिक जिहा सारा क्रिएट होया सी माहौल
चलो एडवांस भी आ गया हाँ जी सो दैन फिर मैं ना आशीष जी जे डायरेक्टर साहब ने उन्होंने पहली फिल्म है तो काम बड़ा वधिया उन्होंने किया तो उन्होंने मैं क्या कि मैनेज कि करते पे हो तुम भी सारे जने कहते नहीं सारा खौफ खुफ सब डर डोर वेख के साथ लत्थ गया होया है ना तो यूज टू हो जाना दो तीन दिनों ना तो आई वॉज लाइक ओके भी दो तीन दिन हूँ वेट करनी पैनी रोज़ आह मरे हुए मुरदा जानवरों से किसी का एक मेरा वह नाल सिक्योरिटी वाला तो वह ना चक्की लिया सिंह तो फड़ के मैनू लगता मच तक पता नहीं की मूव से ओ माई गॉड मतलब क्रेजी एक्सपीरियंस सी बट सानू ये कि यह फिल्म तो जो पर्दे ते आएगी ना तो यह चीज़ पहला कभी आई नहीं आ सो एस्थेटिकली बहुत कैनवस जो डिफरेंट दिसेगा स्क्रीन पर मैं तो कभी किसी पंजाबी फिल्म हड्डा रोड़ी का सैटअप नहीं देखे इनफैक्ट साढ़े डायरैक्टर सर भी यही कहें किसी हिंदी फिल्म भी इदा का सैटअप नहीं है तो आम एक नवी चीज़ देखने को मिलेगी वो की है कि साडा जो माहौल बन गया तो इमेजिन करो ऑडियंस कि पुलिस वाला चक्की लिया हुण उत्थे बंदे तो थोड़ी जांदे ते आर्ट वाले दे उत्थे वर्दी पवाई सी पुलिस वाले दी अच्छा हुण ओह नाल तां इधर फिरदा बंदूक चक्की ओहनूं कहिंदे ओह आर्ट ओह कहिंदा हां जी ओह यार इहनूं चक्के उत्थे करो ओह गोला गोल लिया के उहने रखता करके ओह माहौल बणा होया सी भाई जी इह वेला ਜਦੋਂ ਕਿ ਪੰਜਾਬੀ ਫਿਲਮਾਂ ਫੇਰ ਚੱਲਣ ਲੱਗੀਆਂ ਹਨ ਜੀ ਜਿਵੇਂ ਕਿ ਕੈਰੀ ਔਨ ਜੱਟਾ 100 ਕਰੋੜੀ ਕਲੱਬ ਵਿੱਚ ਸ਼ਾਮਲ ਹੋ ਗਈ ਜੀ ਜੀ ਮਸਤਾਨੇ ਫਿਲਮ ਦੀ ਵੱਟ ਕੱਢੀ ਜਾਂਦੀ ਹੈ ਇਹ ਵੀ ਕਮਾਈ ਦੇ ਪੱਖੋਂ ਰਿਕਾਰਡ ਤੋੜ ਜੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ ਬਿਲਕੁਲ ਉਸ ਵੇਲੇ ਦੇ ਵਿੱਚ ਜਦੋਂ ਨਵੇਂ ਤਜਰਬੇ ਸਿਨੇਮੇ ਦੇ ਵਿੱਚ ਹੋਣ ਲੱਗੇ ਹਨ ਜੀ ਉਦੋਂ ਚੇਤਾ ਸਿੰਘ ਨੂੰ ਕਿੱਥੇ ਜੇ ਵੇਖਦੇ ਆ ਇੱਕ ਤਾਂ ਹੁੰਦਾ ਵੀ ਚਲੋ 1 ਤਰੀਕ ਨੂੰ ਤੁਹਾਡਾ ਨਤੀਜਾ ਆ ਜਾਣਾ ਜੀ ਨਤੀਜਾ ਆਵੇ ਸੋਹਣਾ ਤੁਹਾਨੂੰ 100 ਦੇ ਵਿੱਚੋਂ 100 ਨੰਬਰ ਮਿਲ ਜਾਣ ਜੀ ਪਰ ਉਹਦਾ ਮਨ ਦੇ ਵਿੱਚ ਹੁੰਦਾ ਵੀ ਯਾਰ ਮੈਂ ਕਿੱਥੇ ਜੇ ਆ ਕਿੱਥੇ ਜੇ ਮਹਿਸੂਸ ਕਰਦਾ ਮੈਂ ਦੱਸਦਾ ਤੁਹਾਨੂੰ ਅਸਲ 'ਚ ਜਿਹੜਾ ਜੇ ਆਪਾਂ ਐਂ ਦੇਖਣ ਲੱਗ ਜਾਈਏ ਵੀ ਇਹ ਮੇਰਾ ਵਹਿਮ ਕੱਢਤਾ ਸੀ ਜਦੋਂ ਮੈਂ ਰੈਡੀਮੇਡ ਦਾ ਕੰਮ ਕੀਤਾ ਕੋਟਕਪੂਰੇ ਦੇ ਵਿੱਚ ਕਿਸੇ ਨੇ 10 ਲੱਖ ਲਾ ਕੇ ਕੀਤਾ ਸੀ ਕਿਸੇ ਨੇ ਕਿੰਨਾ ਮੈਂ 400 ਰੁਪਏ ਦੇ ਘਰ ਕਿਰਾਏ 'ਤੇ ਲੈ ਕੇ 17,000 ਦਾ ਸਮਾਨ ਰੱਖਿਆ ਸੀ ਤੁਹਾਡਾ ਬਾਜ਼ਾਰ 'ਚ ਆ ਕੇ ਬਹਿਣਾ ਜ਼ਿਆਦਾ ਜ਼ਰੂਰੀ ਹੈ ਚਾਹੇ ਤੁਹਾਡੀ ਰੇਹੜੀ 'ਤੇ ਸਬਜ਼ੀ ਹੈਗੀ ਹੈ ਚਾਹੇ ਨਹੀਂ ਖਾਲੀ ਰੇਹੜੀ ਦੇਖ ਕੇ ਕੋਈ ਐਂ ਕਹਿ ਦਿੰਦਾ ਵੀ ਯਾਰ ਆਹ ਗੱਟਾ ਹੀ ਰੱਖਿਆ ਮੇਰਾ ਗੰਢਿਆਂ ਦਾ ਉਹਦੇ ਕੋਲ ਦਿਆ 20 ਰੁਪਏ ਲੈ ਲਈ ਤੁਸੀਂ ਖਾਲੀ ਰੇਹੜੀ 'ਤੇ ਰੱਖਿਆ ਉਹ 20 ਰੁਪਿਆਂ ਦੀ ਮੁੜ ਕੇ ਤੁਸੀਂ ਸਬਜ਼ੀ ਲਾ ਕੇ ਬਹਿ ਜਾਂਦੇ ਆ ਸੋ ਸੇਮ ਹੀ ਇੱਧਰ ਆ ਕੰਮ ਕਰਨਾ ਜ਼ਰੂਰੀ ਆ ਇੱਥੇ ਰਹਿਣਾ ਜ਼ਰੂਰੀ ਆ ਜਿਹੜਾ ਤੁਸੀਂ ਸ਼ੌਂਕ ਸੀ ਉਹ ਪ੍ਰੋਫੈਸ਼ਨ ਬਣ ਗਿਆ ਡਟੇ ਰਹਿਣਾ ਜ਼ਰੂਰੀ ਆ ਜਿੰਨੀ ਕੁ ਤੁਸੀਂ ਮਿਹਨਤ ਕਰਦੇ ਆ ਜਿੰਨਾ ਕੁ ਤੁਹਾਡਾ ਹਿਸਾਬ ਕਿਤਾਬ ਹੈ ਜਿੰਨਾ ਕੁ ਲੋਕ ਤੁਹਾਨੂੰ ਪਸੰਦ ਕਰਦੇ ਜਿੰਨਾ ਕੁ ਆਡੀਅੰਸ ਤੁਹਾਨੂੰ ਪਸੰਦ ਕਰਦੀ ਆ ਓਨਾ ਹੀ ਉਹਦਾ ਰਿਜ਼ਲਟ ਆ ਜਾਂਦਾ ਵੀ ਇਹਦੇ 'ਚ ਮੈਂ ਦੇਖਦਾ ਆਪਦੇ ਆਪ ਨੂੰ ਕਿਤੇ ਨਹੀਂ ਕਿਉਂਕਿ ਜਿਵੇਂ ਵਾਰਨਿੰਗ ਦਾ ਕਿਹੜਾ ਮੈਨੂੰ ਪਤਾ ਸੀਗਾ ਵੀ ਉਹ ਐਂ ਕਰਕੇ ਆ ਚੱਲ ਜੇ ਮੈਂ ਕਹਾਂ ਵੀ ਮੈਂ ਬਹੁਤ ਸਿਆਣਾ ਹੋ ਗਿਆ ਵੀ ਮੈਨੂੰ ਤਾਂ ਐਂ ਪਤਾ ਵੀ ਆਹ ਐਂ ਕਰ ਜੂ ਨਹੀਂ ਵਾਰਨਿੰਗ ਵੀ ਇੱਕ ਉਹ ਸੀਗੀ ਮੇਰੇ ਲਈ ਤਾਂ ਐਂ ਸੀਗਾ ਵੀ ਹੈਂ ਯਾਰ ਐਂ ਹੋ ਗਿਆ ਅਤੇ ਸੇਮ ਹੀ ਇਹਦਾ ਜਿਵੇਂ ਵੀ ਰਹੂਗਾ ਠੀਕ ਹੈ ਪ੍ਰਵਾਨ ਹੈ ਹੁਣ ਤਾਂ ਸੋਸ਼ਲ ਮੀਡੀਆ ਅਗਲਿਆਂ ਨੇ ਕਮੈਂਟ ਕਰ ਕਰ ਦੱਸ ਦੇਣਾ ਵੀ ਆਹ ਠੀਕ ਆ ਨਹੀਂ ਠੀਕ ਜਿਹੜੀਆਂ ਚੀਜ਼ਾਂ ਉਹ ਕਹਿਣਗੇ ਠੀਕ ਆ ਆਪਾਂ ਠੀਕ ਰੱਖਾਂਗੇ ਜਿਹੜੇ ਕਹਿਣਗੇ ਵੀ ਆਹ ਚੀਜ਼ਾਂ ਨਹੀਂ ਠੀਕ ਆਪਾਂ ਉਹਨਾਂ ਨੂੰ ਠੀਕ ਕਰ ਲਾਂਗੇ ਬਹੁਤ ਹੋ ਪਰ ਹਰ ਇੱਕ ਇਨਸਾਨ ਖਾਸ ਤੌਰ 'ਤੇ ਜਦੋਂ ਕੋਈ ਅਦਾਕਾਰ ਹੁੰਦਾ ਉਹਦੀ ਇੱਕ ਦਿਲੀ ਇੱਛਾ ਹੁੰਦੀ ਹੈ ਕਿ ਮੈਂ ਇੱਕ ਇਹੋ ਜਿਹਾ ਕਿਰਦਾਰ ਜ਼ਰੂਰ ਨਿਭਾਉਣਾ ਚਾਹੁੰਦਾ ਵੱਡੇ ਪਰਦੇ ਦੇ ਉੱਪਰ ਤੁਸੀਂ ਕੋਈ ਹੈ ਤੁਹਾਡੀ ਕੋਈ ਇੱਛਾ ਕਿ ਕੋਈ ਇਹੋ ਜਿਹਾ ਇੱਕ ਕਿਰਦਾਰ ਮੈਂ ਜ਼ਰੂਰ ਨਿਭਾਉਣਾ ਚਾਹੁੰਦਾ ਦੇਖੋ ਜਦੋਂ ਅਸੀਂ ਪਹਿਲਾਂ ਦੇਖਦੇ ਸੀ ਨਾ ਜਦੋਂ ਅਸੀਂ ਦੇਖੀ ਵੀ ਮਿਰਚ ਮਸਾਲਾ ਦੇਖੀ ਵੀ ਸੀ ਯਾਰ 'ਤੇ ਤਾਂ ਓਮਪੁਰੀ ਸਾਹਿਬ ਨੂੰ ਨਾ ਬੈਸਟ ਐਕਟਰ ਦਾ ਉਹਦੇ 'ਚ ਕਿਹਾ ਗਿਆ ਅਤੇ ਉਹਨਾਂ ਦੇ 2-3 ਸੀਨ ਸੀਗੇ ਜ਼ਿਆਦਾ ਸੀਨ ਨਹੀਂ ਸੀ ਅਤੇ ਉਦੋਂ ਇਹ ਮਨ 'ਚ ਜ਼ਰੂਰ ਫਿਰ ਅਸੀਂ ਕਮਲ ਹਸਨ ਸਾਹਿਬ ਦੀ ਦੇਖੀ ਪੁਸ਼ਪਕ ਜਿਹਦੇ 'ਚ ਕੋਈ ਡਾਇਲੋਗ ਹੀ ਨਹੀਂ ਉਹ ਮੂਕ ਫਿਲਮ ਸੀਗੀ ਅਤੇ ਉਹ ਚੀਜ਼ਾਂ ਦੇਖ ਦੇਖ ਇਹ ਹਿਸਾਬ ਕਿਤਾਬ ਆਇਆ ਫਿਰ ਮੈਂ ਦੇਖੀ ਵਜੂਦ ਨਾਨਾ ਪਾਟੇਕਰ ਦੀ ਉਹ ਥੀਏਟਰ ਕਰਦਾ ਹੁੰਦਾ ਉਹਦਾ ਪਿਓ ਕਹਿੰਦਾ ਹੁੰਦਾ ਤੂੰ ਟਾਈਪਿਸਟ ਦੀ ਨੌਕਰੀ 'ਤੇ ਲੱਗ ਜਾ ਮਿਲਦੀ ਪਈ ਉਹ ਨਾਟਕ ਖੇਡਣ ਜਾਂਦਾ ਅਤੇ ਸ਼ੀਲਡ ਜਿੱਤ ਕੇ ਲਿਆਉਂਦਾ ਘਰ ਉਹਦਾ ਪਿਓ ਚੱਪਲਾਂ ਨਾਲ ਘੁੱਟਦਾ ਉਹਨੂੰ ਫਿਰ ਉਹ ਭੱਜਦਾ ਸ਼ੀਲਡ ਜਿਹੜੀ ਹੱਥ 'ਚ ਉਹ ਡਿੱਗ ਪੈਂਦੀ ਅਤੇ ਭੱਜਦਾ ਸਮੁੰਦਰ ਵੱਲੀ ਨੂੰ ਜਾਂਦਾ ਅਤੇ ਉਹ ਅੰਦਰ ਜਾ ਕੇ ਨਾ ਉਹ ਪਾਣੀ 'ਚ ਉਹ ਹੋ ਜਾਂਦਾ ਪੁਲਿਸ ਵਾਲੇ ਬਾਹਰ ਕੱਢਦੇ ਉਹਨੂੰ ਕੁੱਟਦੇ ਕਹਿੰਦਾ ਤੂੰ ਖੁਦਕੁਸ਼ੀ ਕਰਦਾ ਸੀ ਕਹਿੰਦਾ ਨਹੀਂ ਮੈਂ ਨਹੀਂ ਕਰਦਾ ਸੀ ਮੈਂ ਤਾਂ ਭੱਜ ਕੇ ਬਚਾਉਣ ਜਾਂਦਾ ਸੀ ਸੂਰਜ ਖੁਦਕੁਸ਼ੀ ਕਰਦਾ ਪਿਆ ਹੈ ਨਾ ਵੀ ਉਹ ਸਾਰਾ ਕੁਛ ਉਵੇਂ ਦੇਖਿਆ ਹੋਇਆ ਵੀ ਮਨ 'ਚ ਆਏ ਹੈ ਨਹੀਂ ਕਿਉਂਕਿ ਪੰਮੇ ਦਾ ਕਰੈਕਟਰ ਇੱਕ ਆਮ ਗੱਲ ਇਹ ਕੋਈ ਗੱਲ ਡਾਇਲੋਗ ਥੋੜ੍ਹੀ ਵੀ ਵੀਰੇ ਪੰਮਾ ਬੋਲਦਾ ਇਹ ਡਾਇਲੋਗ ਨਹੀਂ ਹੈ
ਡਾਇਲੋਗ ਇਹ ਆਪਾਂ ਕਹਿ ਸਕਦੇ ਹਾਂ ਵੀ ਦੋਰੇ ਕੋਲ ਦੋ ਚਾਰ ਦੇਣੀ ਆ ਜੀ ਮੈਂ ਐਂ ਕਰ ਦੂੰ ਉਹ ਸੀਗੇ ਡਾਇਲੋਗ ਚਾਹ ਪੁੱਛਣੀ ਜ਼ਰੂਰੀ ਹੈ ਪਾਣੀ ਪੁੱਛਣਾ ਜ਼ਰੂਰੀ ਜਿਹੜੀਆਂ ਹੈਗੀਆਂ ਪਰ ਪਸਤੌਲ ਹੈਗਾ ਉਹ ਡਾਇਲੋਗ ਹੋ ਸਕਦੇ ਪਰ ਵੀ ਵੀਰੇ ਪੰਮਾ ਬੋਲਦਾ ਕੋਈ ਡਾਇਲੋਗ ਨਹੀਂ ਆਡੀਅੰਸ ਨੇ ਸਾਰਿਆਂ ਨੇ ਉਹ ਗੱਲ ਨੂੰ ਹੀ ਪਸੰਦ ਕੀਤਾ ਜਿਵੇਂ ਤੁਸੀਂ ਕਹਿ ਦਿੰਦੇ ਵੀ ਭੋਂਗਾ ਲਈ ਟਰਾਲੀ ਵਾਂਗੂ ਝੋਲ ਜੀ ਮਾਰ ਕੇ ਉਹ ਝੋਲ ਜੀ ਮਾਰ ਕੇ ਬੋਲਿਆ ਤੇ ਉਹ ਉਹਨਾਂ ਨੂੰ ਵਧੀਆ ਲੱਗਿਆ ਬਿਲਕੁਲ ਤੇ ਮੈਨੂੰ ਐਂ ਲੱਗਦਾ ਵੀ ਪਤਾ ਨਹੀਂ ਅੰਦਰ ਕੀ ਹੈ ਇਹ ਪਤਾ ਨਹੀਂ ਹੈ ਹੈ ਕੀ ਹੈ ਉਹਦੇ ਲਈ ਕਰੈਕਟਰ ਕਰਦੇ ਰਹਿਣਾ ਉਹ ਫਿਰ ਜਦੋਂ ਕੋਈ ਕਰੈਕਟਰ ਆ ਜਾਂਦਾ ਬਾਹਰ ਫਿਰ ਪਤਾ ਲੱਗਦਾ ਵੀ ਹੈ ਮੈਂ ਐਂ ਵੀ ਸੀਗਾ ਪੰਮਾ ਸੀ ਜਿਵੇਂ ਉਹ ਮੈਨੂੰ ਥੋੜੀ ਪਤਾ ਸੀ ਮੈਂ ਆਏ ਹਾਂ ਹੁਣ ਚੇਤਾ ਚੇਤੇ ਦਾ ਸੱਚੀ ਉਹਨੇ ਮੈਨੂੰ ਪਤਾ ਸੀਗਾ ਵੀ ਯਾਰ ਮੈਂ ਐਂ ਕਰਕੇ ਵੀ ਰਹਿ ਲੈਂਦਾ ਮੈਂ ਐਂ ਵੀ ਕਰ ਲੈਂਦਾ ਮੈਂ ਵੀ ਇੱਦਾਂ ਉਹਦੇ 'ਚ ਹਾਸਾ ਆ ਕੇ ਗੋਲੀਆਂ ਮਾਰਦਾ ਸੀ ਵੀ ਯਾਰ ਮੈਂ ਵੀ ਐਂ ਬੰਦੇ ਦੇ ਐਂ ਮਾਰਦਾ ਬੰਦਾ ਐਂ ਚੱਕੀ ਫਿਰਦਾ ਹੱਡਾ ਰੂੜੀ 'ਚ ਰਹਿੰਦਾ ਵੀ ਇਸ ਕਿਸਮ ਦਾ ਵੀ ਹੈਗਾ ਉਹ ਚੇਤੇ ਦੇ ਰਾਹੀਂ ਮੈਨੂੰ ਪਤਾ ਲੱਗਿਆ ਵੀ ਹਾਂ ਹੁਣ ਜਿਵੇਂ ਜਿਵੇਂ ਉਹ ਗੱਲ ਇਹੀ ਆ ਵੀ ਜਿਵੇਂ ਜਿਵੇਂ ਬਾਰੀਆਂ ਖੜਕਦੀਆਂ ਰਹਿਣਗੀਆਂ ਉਵੇਂ ਉਵੇਂ ਬੂਹੇ ਖੋਲ੍ਹ ਕੇ ਬਾਹਰ ਆਉਂਦੇ ਰਹਾਂਗੇ ਬਹੁਤ ਉੱਦਾਂ ਦਾ ਮਾਹੌਲ ਆ ਥੋੜ੍ਹਾ ਚਿੱਤ ਕਰਦਾ ਜਪਜੀ ਜੀ ਵੀ ਉਹ ਦੌਰ ਜਦੋਂ ਸ਼ੁਰੂਆਤ ਕੀਤੀ ਉਹੋ ਜਿਹਾ ਇੱਕ ਵਾਰੀ ਫਿਰ ਦੂਜਾ ਤੀਜਾ ਚੌਥਾ ਭਾਗ ਬਣਨਾ ਸ਼ੁਰੂ ਹੋਵੇ ਤੇ ਉਹਦੇ ਵਿੱਚ ਇੱਕ ਵਾਰੀ ਫਿਰ ਉਹ ਮਲੁਕੜੀ ਜੀ ਕੁੜੀ ਹੱਸ ਹੱਸ ਕੇ ਉੱਡੀ ਉੱਡੀ ਜਾਵਾਂ ਹਵਾ ਦੇ ਨਾਲ ਉਹ ਗੱਲ ਬਣ ਜਾਏ ਬਹੁਤ ਪਿਆਰਾ ਦੌਰ ਸੀਗਾ ਇਨਫੈਕਟ ਸ਼ੁਰੂਆਤ ਹੀ ਮੇਰੀ ਉਸ ਦੌਰ ਦੇ ਵਿੱਚ ਹੋਈ ਹੈ ਮੈਂ ਬਹੁਤ ਆਪਣੇ ਆਪ ਨੂੰ ਬਲੈਸ ਅਤੇ ਲੱਕੀ ਮਹਿਸੂਸ ਕਰਦੀ ਹਾਂ ਮੈਂ ਅੱਜ ਵੀ ਧੰਨਵਾਦ ਕਰਦੀ ਹਾਂ ਸਰਦਾਰ ਮਨਮੋਹਨ ਸਿੰਘ ਜੀ ਦਾ ਹਰਭਜਨ ਜੀ ਦਾ ਗੁਲਜ਼ਾਰ ਜੀ ਦਾ ਅਤੇ ਸਰਦਾਰ ਜਸਮੀਰ ਸਿੰਘ ਢੱਟ ਜੀ ਦਾ ਕਿਉਂਕਿ ਉਹ ਪਲੈਟਫਾਰਮ ਮਿਸ ਵਰਲਡ ਪੰਜਾਬੀ ਤੋਂ ਬਾਅਦ ਮੈਨੂੰ ਫਿਲਮ ਮਿਲੀ ਸੀਗੀ ਉਹਨਾਂ ਨੇ ਟੀ ਵੀ 'ਤੇ ਦੇਖਿਆ ਤੋ ਉਹ ਦੌਰ ਜਦੋਂ ਪੰਜਾਬੀ ਸਿਨੇਮਾ ਰਿਵਾਈਵ ਹੋ ਰਿਹਾ ਸੀ ਉਹਦੇ 'ਚ ਐਂਟਰੀ ਹੋਈ ਤਾਂ ਮਤਲਬ ਬਹੁਤ ਮੈਂ ਤਾਂ ਸੋਚ ਵੀ ਨਹੀਂ ਸਕਦੀ ਹੈ ਨਾ ਤੋ ਉਹ ਦੌਰ ਵਾਪਸ ਆਏ ਤਾਂ ਮੇਰੀਆਂ ਯਾਦਾਂ ਤਾਜ਼ੀਆਂ ਹੋਣਗੀਆਂ ਮੈਨੂੰ ਹੋਰ ਕੀ ਚਾਹੀਦਾ ਮੈਂ ਰੀਲਿਵ ਕਰਾਂਗੀ ਉਹ ਮੂਮੈਂਟ ਬਟ ਉਸ ਤਰ੍ਹਾਂ ਦਾ ਸਿਨੇਮਾ ਉਹੀ ਪਹਿਲਾਂ ਵੀ ਆਪਾਂ ਇਸ ਗੱਲ 'ਤੇ ਗੱਲ ਕੀਤੀ ਹੋਈ ਆ ਕਿ ਇਹ ਟ੍ਰੈਂਡ ਆ ਇਹ ਕੋਈ ਪਤਾ ਨਹੀਂ ਮੁੜ ਕੇ ਫਿਰ ਆ ਜਾਵੇ ਜੀ ਹੈ ਨਾ ਉਹ ਵਾਲਾ ਟ੍ਰੈਂਡ ਤੇ ਸੀਕੁਅਲਸ ਫਿਰ ਬਣਨੇ ਸ਼ੁਰੂ ਹੋ ਜਾਣ ਜਿੱਦਾਂ ਮਿੱਟੀ ਵਾ ਜਮਾਨਾ 2 ਔਰ ਸਮਥਿੰਗ ਯੂ نو ਖਲਨਾਇਕ ਹੁਣ ਦੁਬਾਰਾ ਫਿਰ ਗੱਲ ਕਰ ਰਹੇ ਜੀ ਜੇ ਆਪਾਂ ਫਿਰ ਬੈਲ ਬਾਟਮ ਪਹਿਲਾਂ ਚੱਲਦੀ ਫਿਰ ਚੱਲਦੀ ਪਈ ਜੀ ਇਹਦੇ ਬਾਅਦ ਬੈਗੀ ਆ ਜਾਣੀ ਹਨਾ ਬੈਗੀ ਆਊਗੀ ਸਟੇਟ ਫੁੱਬੋ ਦੀਆਂ ਪੈਂਟਾਂ ਸਿਕਸ ਪਾਕਟ ਰਿਵਾਜ ਹੀ ਆ ਉਹ ਦੁਬਾਰਾ ਦੁਬਾਰਾ ਆਉਂਦਾ ਰਹਿੰਦਾ ਇਹ ਗੱਲਬਾਤ ਰੈਡੀਮੇਡ ਛੱਡਿਆ ਬਿਲਕੁਲ ਕਿੱਥੇ ਛੱਡਿਆ ਜਾਂਦਾ ਮੇਰੇ ਕੋਲ ਤਾਂ ਆਧਾਰ ਨਹੀਂ ਕੱਪੜਿਆਂ ਦੀ ਹੁੰਦੀ ਆ ਹੋਰ ਹੁੰਦਾ ਹੀ ਨਹੀਂ ਜਿਵੇਂ ਕੱਲ੍ਹ ਪਰਸੋਂ ਅਸੀਂ ਖੜੇ ਹੁਣ ਲੀ ਦੀ ਪੈਂਟ ਦਾ ਕਿਵੇਂ ਪਤਾ ਲੱਗਦਾ ਸਾਡੀਆਂ ਜਿੰਨੀਆਂ ਪੈਂਟਾਂ ਜੀਨ ਦੀਆਂ ਆਉਂਦੀਆਂ ਉਹਨਾਂ ਦੀ ਜੇਬ ਨਾ ਇੱਦਾਂ ਕਰਕੇ ਐਂ ਹੁੰਦੀ ਲੀ ਦੀ ਪੈਂਟ ਤੇ ਐਂ ਕਰਕੇ ਗਲਾਈ ਹੁੰਦੀ ਉੱਥੇ ਮੁੰਡਾ ਖੜਾ ਮੈਂ ਹੈਲੋ ਲੀ ਦੀ ਪੈਂਟ ਪਾਈ ਤੇਰੇ ਜੇਬ ਦੇਖ ਕੇ ਦੱਸਦਾ ਮੈਂ ਹੈਨਾ ਮੈਨੂੰ ਮੂਰੀ ਦਾ ਪਤਾ ਹੁੰਦਾ ਸੀ ਵੀ ਆਹ 517 ਲਵਾਈਜ਼ ਹੈ 505 ਹੈ 509 ਆ ਇਹਨਾਂ ਦੇ ਡਿਜ਼ਾਈਨ ਦੇ ਹਿਸਾਬ ਨਾਲ ਨੰਬਰ ਹੈ ਲਵਾਈਜ਼ ਦੇ ਹਾਂ ਇੱਦਾਂ ਕਰਕੇ ਹੁੰਦਾ ਸੀਗਾ ਸੰਵਾਦ ਆਉਣ ਦਿਓ ਹਾਂਜੀ ਸੰਵਾਦ ਆਉਣ ਦਿਓ ਕਹਿੰਦਾ ਮਿੱਟੀ ਦਾ ਰੰਗ ਭੂਰਾ ਕਿਉਂ ਆ ਉਹਦਾ ਸੁਪਨਾ ਅਧੂਰਾ ਕਿਉਂ ਆ ਵੱਡਾ ਬੰਦਾ ਹੈ ਮਦਾਰੀ ਛੋਟਾ ਬੰਦਾ ਜਮੂਰਾ ਕਿਉਂ ਬਹੁਤ ਹੋ ਮੇਰਾ ਖਿਆਲ ਸਾਰਾ ਕੁਛ ਇਹਦੇ ਚ ਆ ਗਿਆ ਬਿਲਕੁਲ ਕੁਛ ਕਹਿਣ ਦੀ ਲੋੜ ਹੀ ਲੋੜ ਨਹੀਂ ਹੈ ਇਹ ਫਿਲਮ ਹੈ ਆਪਣੀ ਕਿਆ ਬਾਤ ਉਸ ਤੱਕ ਖਿਆਲ ਉਡਾ ਰਹੀਆਂ ਵੀ ਕਾਗਜ਼ ਦੀ ਹਿੱਕ ਤੇ ਝੀਟਦੇ ਰਹਿੰਦੇ ਆ ਕੋਈ ਉਹ ਇੱਕ ਕਵਿਤਾ ਦਾ ਰੂਪ ਕੋਈ ਨਜ਼ਮ ਦਾ ਰੂਪ ਹਾਂ ਕਾਫੀ ਟਾਈਮ ਪਹਿਲਾਂ ਸੀ ਕਹਿੰਦਾ ਮੈਂ ਤੇ ਮੇਰਾ ਦਿਲ ਜਦੋਂ ਵੀ ਕਦੇ ਇਕੱਠੇ ਹੁੰਦੇ ਹਾਂ ਤਾਂ ਉਸ ਕੁੜੀ ਬਾਰੇ ਸੋਚਦੇ ਹਾਂ ਜਿਹਦਾ ਮੇਰੀ ਜ਼ਿੰਦਗੀ 'ਚ ਆਉਣ ਦਾ ਸ਼ਾਇਦ ਰੱਬ ਨੂੰ ਵੀ ਨਹੀਂ ਪਤਾ ਸੀ ਗੱਲਾਂ ਉੱਤੇ ਫਿੱਕੇ ਫਿੱਕੇ ਦਾਗ ਜੋ ਬੂਹੇ ਤੋਂ ਅੱਗੇ ਆ ਚੁੱਕੀ ਜਵਾਨੀ ਬਾਰੇ ਦੱਸਦੇ ਹੋਣ ਪਾਸਿਆਂ ਤੋਂ ਲੋ ਨਾਲ ਢਕੀਆਂ ਅੱਖਾਂ ਜਿਨ੍ਹਾਂ ਨੂੰ ਸ਼ਾਇਦ ਚੰਗੇ ਮਨੁੱਖ ਦੀ ਭਾਲ ਹੈ ਬਿਨਾਂ ਕੋਕੇ ਵਾਲਾ ਫਿੰਨਾ ਨੱਕ ਜਿਹੜਾ ਸ਼ਾਇਦ ਕੋਕਾ ਪਾਉਣ 'ਤੇ ਨਾ ਸੋਹਣਾ ਲੱਗਦਾ ਬਾਹਾਂ ਵਿੱਚ ਪਾਏ ਬਰੀਕ ਲੋਹੇ ਦੇ ਕੜੇ ਜੋ ਖੁੱਲ੍ਹੇ ਹੋਣ 'ਤੇ ਕੂਹਣੀਆਂ ਤੋਂ ਅੱਗੇ ਜਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋ ਮੈਂ ਅਤੇ ਮੇਰਾ ਦਿਲ ਜਦੋਂ ਵੀ ਕਦੇ ਇਕੱਠੇ ਹੁੰਦੇ ਹਾਂ ਤਾਂ ਹਮੇਸ਼ਾ ਉਸ ਕੁੜੀ ਬਾਰੇ ਸੋਚਦੇ ਹਾਂ ਜਿਹਦਾ ਮੇਰੀ ਜ਼ਿੰਦਗੀ 'ਚ ਆਉਣ ਦਾ ਸ਼ਾਇਦ ਰੱਬ ਨੂੰ ਵੀ ਨਹੀਂ ਪਤਾ ਬਹੁਤ ਖੂਬ ਕੀ ਬਾਤ ਹੈ ਕਮਾਲ
ਇਹ ਜਿਵੇਂ ਨਾ ਬਿਸਮਿਲ ਫਰੀਦਕੋਟੀ ਸਾਹਿਬ ਦੀ ਰਬਾਈ ਹੈ ਕਿ ਸਾਦਗੀ ਵਿੱਚ ਜੋ ਮਜ਼ਾ ਹੈ ਸ਼ੋਖੀਆਂ ਨੂੰ ਕੀ ਪਤਾ ਹੈ, ਇਹ ਉਹ ਗੱਲ ਆ ਸਿਰਾ ਲਾਦਾ। ਕੋਈ ਤੁਹਾਡਾ ਵੀ ਮਾੜਾ ਮੋਟਾ ਨਮੂਨਾ? ਮੈਂ ਤਾਂ ਇਸੇ ਫਿਲਮ ਦਾ ਡਾਇਲੋਗ ਹੈਗਾ, ਮੈਂ ਉਹ ਸੁਣਾ ਦਿੰਦੀ ਹਾਂ ਤੁਹਾਨੂੰ। ਅੱਜ ਪਿੰਡ ਵਾਲੇ ਦੀਆਂ ਅੱਖਾਂ ਮੁਰਗੇ ਦੀਆਂ ਬਾਂਗਾਂ ਨਾਲ ਨਹੀਂ, ਇਹਨਾਂ ਦੀਆਂ ਚੀਕਾਂ ਨਾਲ ਖੁੱਲੀਆਂ ਚਾਹੀਦੀਆਂ ਨੇ। ਵਾਹ ਵਾਹ, ਇਹ ਤੁਹਾਡਾ ਟ੍ਰੇਲਰ ਦੇ ਵਿੱਚ ਵੀ ਹੈਗਾ। ਜੀ ਜੀ। ਵੈਸੇ ਇਸ ਫਿਲਮ ਦੇ ਸ਼ੂਟ ਦੇ ਦੌਰਾਨ ਸਭ ਤੋਂ ਔਖਾ ਕਿਹੜਾ ਸੀਨ ਸੀ ਤੁਹਾਡੇ ਲਈ? ਔਖਾ ਸੀਨ ਕਿਹੜਾ ਸੀ? ਸਭ ਤੋਂ ਔਖਾ ਹੱਡਾ ਰੋੜੀ। ਅੱਛਾ, ਉਸ ਤੋਂ ਇਲਾਵਾ ਕੁਝ ਔਖਾ ਨਹੀਂ ਲੱਗਿਆ? ਨਹੀਂ, ਬਾਕੀ ਤੇ ਫਿਰ ਯੂਜੂਅਲ ਜਿਹੜੀਆਂ ਆਪਣੀਆਂ ਲੋਕੇਸ਼ਨਸ ਹੁੰਦੀਆਂ, ਅੰਮ੍ਰਿਤਸਰ ਦੇ ਵਿੱਚ ਸ਼ੂਟ ਹੋਇਆ ਜੀ, ਤੋ ਵਧੀਆ ਸੀਗਾ, ਬਟ ਉਹ ਇੱਕ ਚੀਜ਼ ਨਵੀਂ ਸੀਗੀ, ਮੈਂ ਕਦੀ ਪਹਿਲਾਂ ਐਕਸਪੀਰੀਅੰਸ ਨਹੀਂ ਕੀਤੀ। ਲਾਦਾ ਸਰ ਤੁਸੀਂ ਵੀ ਨਹੀਂ ਕੀਤੀ ਹੋਣੀ, ਨਾ ਕੋਈ ਜਾਂਦਾ ਹੀ ਹੱਡਾ ਰੋੜੀ ਵਾਲੇ ਕਿਉਂ ਕਿਉਂ ਜਾਂਦੇ ਹੈ, ਕਈਆਂ ਨੂੰ ਤੇ ਨਾਮ ਵੀ ਨਹੀਂ ਪਤਾ। ਦੁਆਰਾ ਨੇ ਰੋਡ ਤੇ ਹੈਗੀ ਆਪਣੇ ਹੱਡਾ ਰੋੜੀ, ਬਿਲਕੁਲ ਕੋਟਕਪੂਰਾ। ਉਹ ਸਾਨੂੰ ਐਂ ਹੁੰਦਾ, ਸਾਨੂੰ ਮੈਨੂੰ ਗਿਰਜਾਂ ਬਹੁਤ ਘੈਂਟ ਲੱਗਦੀਆਂ ਹੁੰਦੀਆਂ ਸੀ। ਹਾਂ ਇਲਾ, ਹਾਂ ਮੈਨੂੰ ਬਹੁਤ, ਕਿਉਂਕਿ 92 'ਚ ਜਦੋਂ ਅਸੀਂ ਆਪਦੀ ਟਰੋਲੀ ਬਣਾਈ ਕੈਮਰੇ ਵਾਲੀ, ਆਪਦੀ ਕਰੇਨ ਬਣਾ ਲਈ ਸੀ 92 'ਚ ਅਸੀਂ, ਅਤੇ ਪਾਸ਼ ਦੀਆਂ ਨਜ਼ਮਾਂ 'ਤੇ ਅਸੀਂ ਇੱਕ ਫਿਲਮ ਸ਼ੁਰੂ ਕਰ ਲਈ। ਸੁਪਰ VHS ਕੈਸੈਟ ਆਉਂਦੀ ਹੁੰਦੀ ਸੀ 800 ਰੁਪਏ ਦੀ, ਦਿੱਲੀਓਂ ਮਿਲਦੀ ਸੀ। ਉਹਦਾ ਕਹਿੰਦੇ ਹੁੰਦੇ ਸੀਗੇ ਵੀ ਇਹ ਯੂ ਮੈਟਿਕ 'ਤੇ ਕਨਵਰਟ ਹੋ ਜਾਂਦੀ ਹੈ, ਅਤੇ ਯੂ ਮੈਟਿਕ ਹੈ ਜਿਹੜਾ ਉਹ 16 mm 'ਤੇ ਕਨਵਰਟ ਹੋ ਜਾਂਦਾ, ਅਤੇ ਇਹ ਸਿਨੇਮਿਆਂ 'ਚ ਲੱਗ ਸਕਦੀ ਹੈ। ਉਹਦੇ 'ਤੇ ਅਸੀਂ ਇੱਕ ਸ਼ੂਟ ਉਦੋਂ ਕਰਨੇ ਸੀ, ਉਹਦਾ ਨਾਂ ਸੀਗਾ ਇਲਾਂ। ਉਹਦੇ ਕਰਕੇ ਥੋੜ੍ਹਾ ਜਿਹਾ ਮੈਨੂੰ ਕਹਿ ਉਹ ਲੱਗਦੇ ਆ ਵੀ ਇੱਦਾਂ, ਅਤੇ ਉਹ ਮਾਹੌਲ ਜਿਹੜਾ ਉਹ ਅਲੱਗ ਹੀ ਕਿਸਮ ਦਾ ਜਾਨਵਰ ਹੈ, ਉਹ ਦੇਖਣ ਜਾਂਦੇ ਹੁੰਦੇ ਸੀ ਅਸੀਂ ਇਲਾਂ ਵੇਖਣ। ਹਾਂ, ਉਹ ਮੈਨੂੰ ਮੋੜਦੀਆਂ ਇੱਦਾਂ ਜਾਂਦੀਆਂ, ਉਹ ਮਾਹੌਲ ਉਹ ਮੈਨੂੰ ਬੜੀਆਂ ਘੈਂਟ ਲੱਗਦੇ। ਜਦੋਂ ਚਾਈਨਾ ਗੇਟ ਦੇ ਵਿੱਚ ਉਹ ਜਗੀਰਾ ਆਇਆ ਕਾਏ ਕਾਏ, ਉਹ ਬਸ ਸਾਡੀ ਸਭ ਤੋਂ ਪਸੰਦੀਦਾ ਸੀਨ ਸੀ। ਆਪਾਂ ਤਾਂ ਕਹਿੰਦੇ ਵੀ ਭਾਈ ਇਲ ਬਹਿ ਗਈ, ਤੇ ਅੱਜ ਕੱਲ੍ਹ ਦਾ ਰਵ ਮਮਾ ਜਿਮ ਨਾ ਇਲ ਨੇ ਲੈਂਡ ਕੀਆ ਵੀ, ਅਸੀਂ ਉਹ ਦੇਖਣ ਜਾਂਦੇ ਜਦੋਂ ਆਪਾਂ ਬਾਗੇ ਪੁਰਾਣੇ ਨੂੰ ਵੀ ਆਉਣੇ। ਨਹੀਂ ਪਰ ਤੁਹਾਡੀ ਤਾਂ ਪਸੰਦ ਹੀ ਬੜੀ ਖਤਰਨਾਕ ਹੈ ਜੀ, ਇੱਲਾਂ ਪਸੰਦ ਨੇ, ਨਹੀਂ ਤਾਂ ਇੱਥੇ ਹੀ ਤਾਂ ਜਵਾਕ ਲੋਕ ਡਰਦੇ ਹੀ ਵੇਖੇ ਨੇ ਵੀ ਇੱਲਾਂ ਨੇ ਭਾਈ, ਇਹਨਾਂ ਤੋਂ ਡਰ ਲੱਗਦਾ। ਤੁਹਾਡੀ ਤਾਂ ਪਸੰਦ ਹੀ ਬੜੀ ਅਲੱਗ ਜੀ ਹੈ। ਵੱਖਰਤਾ ਨਹੀਂ, ਵੱਖਰਤਾ ਨਹੀਂ, ਹੁਣ ਇਹ ਪਤਾ ਨਹੀਂ ਗਾ ਵੀ ਇਸੇ ਕਰਕੇ ਸ਼ਾਇਦ ਤਾਂ ਹੀ ਆਹ ਕਰੈਕਟਰ ਮਿਲਿਆ ਮੈਨੂੰ ਚੇਤਾ ਮਾੜੀ ਹੈ, ਬਿਲਕੁਲ ਆਪਾਂ ਰੌਲਾ ਪਾਉਣਾ ਹੀ ਹੈ ਵੀ ਯਾਰ ਇੱਲਾਂ ਗਾਇਬ ਹੋ ਗਈਆਂ, ਮਿਲਦੀਆਂ ਨੀ, ਹੈ ਨਾ, ਉਹ ਆਪਾਂ ਪਾਉਣਾ ਹੀ ਹੈ। ਉਹ ਵੀ ਦੇਖੋ ਇੱਕ ਉਹੀ ਸੀਗਾ ਜਿਵੇਂ ਆਪਾਂ ਜੇ ਬਗਲੇ ਭਗਤ ਦੀ ਗੱਲ ਕਰੀਏ, ਜੇ ਆਪਾਂ ਉਹਨਾਂ ਨੂੰ ਕਹਿੰਦੇ ਵੀ ਉਹ ਮਾਸ ਕਰਦੇ ਹਾਂ, ਤੇ ਬਗਲਾ ਵੀ ਆਪਾਂ ਕਹਿੰਦੇ ਭਗਤ ਆ, ਤੇ ਚੱਕ ਕੇ ਡੱਡ ਲੈ ਜਾਂਦਾ। ਸਾਡੇ ਤਾਂ ਗੀਤਾਂ ਦੇ ਵਿੱਚ ਵੀ ਹੈਗਾ ਬਗਲਾ ਭਗਤ ਚੱਕ ਲਿਆ ਡੱਡ ਨੂੰ, ਮੋਰ ਪੈਲ ਪਾਵੇ ਸੱਪ ਜਾਵੇ ਖੰਡ। ਕੀ ਬਾਤ, ਬਹੁਤ ਖੂਬ, ਕੀ ਬਾਤ ਹੈ, ਗੱਲਬਾਤ ਆਏ ਹਾਏ। ਮੈਂ ਤਾਂ ਹਾਲੇ ਵੀ ਇਹੀ ਸੋਚੀ ਜਾਂਦੀ ਆ ਵੀ ਇੱਲਾਂ ਵੇਖਣ ਕਿਵੇਂ ਜਾਂਦੇ ਹੋਣਗੇ। ਹਾਂ ਤੁਸੀਂ ਸੋਚੋ ਨਾ, ਨਾ ਨੇੜੇ ਤੇੜੇ ਲੱਭੋ ਥਾਂ, ਜਾਓ ਸਕੂਟਰੀ ਚੱਕੋ ਅੱਜ। ਨਾ ਨਾ ਨਹੀਂ, ਅਸਲ ਚ ਨਾ ਮੈਂ ਦੱਸਦਾ, ਸਾਨੂੰ ਸੀਗਾ ਥੋੜਾ ਜਿਹਾ ਲੋਕੇਸ਼ਨਾਂ ਦੇਖਣ ਦਾ ਜਦੋਂ ਛੋਟੇ ਸੀ ਨਾ ਜੀ, ਤੇ ਸਾਡੇ ਸ਼ਰਮਾ ਹੁੰਦਾ ਸੀ ਮੁੰਡਾ ਫੋਟੋ ਸਟੂਡੀਓ ਦਾ, ਰਿੰਕੀ ਬਾਈ ਤੋਰਲੇ ਪਾਸੇ, ਰਿੰਕੀ ਸਟੂਡੀਓ ਤੋਂ ਉਹ 200 ਰੁਪਈਆ ਲੈਂਦਾ ਹੁੰਦਾ ਸਾਡੇ ਤੋਂ, ਜਿੱਦਾਂ ਉਹਦੇ ਕੋਲ ਕੈਮਰਾ ਵਿਹਲਾ ਹੋਣਾ। ਮੈਨੂੰ ਥੋੜ੍ਹਾ ਜਿਹਾ ਹੁੰਦਾ ਸੀ ਵੀ ਅਸੀਂ ਫੋਟੋਆਂ ਖਿੱਚਣ ਜਾਂਦੇ ਹੁੰਦੇ ਸੀ ਵੀ ਕੱਲ੍ਹ ਨੂੰ ਯਾਰ ਕਿਤੇ ਆਪਾਂ ਸ਼ੂਟਿੰਗ ਕਰਨੀ, ਅੱਛਾ ਕੁਛ ਨਹੀਂ ਕਰਦੇ ਸੀ ਪਰ ਇਹ ਜ਼ਰੂਰ ਹੁੰਦਾ ਸੀਗਾ ਵੀ ਕੱਲ੍ਹ ਨੂੰ ਕਿਤੇ ਸ਼ੂਟਿੰਗ ਕਰਨੀ ਹੋਈ ਤਾਂ ਲੋਕੇਸ਼ਨਾਂ ਦਾ ਪਤਾ ਹੋਣ, ਫੋਟੋਆਂ ਦਾ ਕੋਲੇ ਹੋਣ ਵੀ ਯਾਰ ਆਹ ਲੋਕੇਸ਼ਨ 'ਤੇ ਆਪਾਂ ਆਹ ਸ਼ੂਟ ਕਰਨਾ। ਇਸ ਮਸਲੇ ਦੇ ਵਿੱਚ ਅਸੀਂ ਤੁਰੇ ਫਿਰਦੇ ਹੀ ਰਹਿੰਦੇ ਸੀਗੇ, ਕਦੇ ਇੱਧਰ ਜਾਵੜੇ। ਇੱਕ ਵਾਰੀ ਅਸੀਂ ਜਿਹੜੇ ਸਿੱਲੀ ਸਿੱਲੀ ਹਵਾ 'ਚ ਟਿੱਬੇ ਸੀਗੇ ਉਹ ਲੱਭਣ ਜਾਵੜੇ, ਬਹੁਤ ਅੱਗੇ ਤਿੱਕਰ ਗਏ, ਸਾਨੂੰ ਲੱਭੇ ਨਹੀਂ ਕਿਉਂਕਿ ਉਹ ਜ਼ਿਆਦਾ ਦੂਰ ਸੀਗੇ। ਅਸੀਂ ਗੰਗਾਨਗਰ ਤਿੱਕਰ ਗਏ ਅਤੇ ਵੀ ਉਹ ਟਿੱਬਿਆਂ 'ਚ ਯਾਰ, ਫਿਰ ਅਸੀਂ ਜਾਵੜੇ ਜਿਹੜਾ ਬੌਬੀ ਦੋਲ ਆਇਆ ਸੀ ਉਹਦੇ 'ਚ ਆਪਣੀ ਸੋਲਜਰ 'ਚ ਜਿੱਥੇ ਰਾਖੀ ਬੈਠੀ ਹੁੰਦੀ ਵੀ ਇਹ ਮੰਦਰ ਬਹੁਤ ਘੈਂਟ ਆ ਯਾਰ ਟਿੱਬਿਆਂ 'ਚ, ਵੀ ਇਹ ਦੇਖਣ ਚੱਲੀਏ। ਉਹ ਗਾਂ ਅਸੀਂ ਵੀ ਜੈਫਰ ਜੂਫਰ ਉੱਧਰਲੇ ਪਾਸੇ, ਅਤੇ ਉਹ ਸ਼ੁਰੂ ਤੋਂ ਰਿਹਾ ਅਸਲ 'ਚ ਵੀ ਯਾਰ ਕੱਲ੍ਹ ਨੂੰ ਸ਼ੂਟ ਕਰਨਾ ਹੋਇਆ ਤਾਂ। ਜਦੋਂ ਅਸੀਂ ਇੱਕ ਫਿਲਮ ਓਮਪੁਰੀ ਸਾਹਿਬ ਨੂੰ ਲੈ ਕੇ ਕੀਤੀ ਜਿਹੜੀ ਮੈਂ, ਜਿਹਦੇ 'ਚ ਉਹ ਡਾਇਲੋਗ ਸੀਗੇ ਕਹਿੰਦਾ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਜੇ ਤਾਂ ਵਾਹੀਵਾਨਾਂ ਦੇ ਔਜ਼ਾਰ ਹਥਿਆਰ ਬਣੇ ਜਾਂਦੇ ਆ, ਵੀ ਫਿਰ ਇਹ ਦਾਤੀ ਨਾਲ ਵੀ ਬੰਦਾ ਵੜ ਦਿੰਦੇ ਆ। ਉਹ ਸੀ ਉਹਦੇ 'ਚ ਅਸੀਂ ਸਟਾਰਟ ਕਰਦੇ ਸੀਗੇ
ਉਹਦੇ 'ਚ ਫਿਰ ਇੱਕ ਵਾਰੀ ਪਹਿਲਾਂ ਵੀ ਹੱਡਾ ਰੂੜੀ ਦੇ ਵਿੱਚ ਅਸੀਂ ਦਿਖਾਇਆ ਸੀ ਚੱਕ ਕੇ ਲਿਆਂਦਾ, ਉਹ ਮੁੰਡੇ ਵਿੱਕੀ ਅਰਗੇ ਸੀਗੇ, ਉਹ ਨਾਲ ਬਹਿਰੇ ਵੇਟਰ ਦਾ ਵੀ ਕੰਮ ਕਰਦੇ ਸੀਗੇ, ਉਹਨਾਂ ਦਾ ਕੰਮ ਸੀ ਪਸ਼ੂਆਂ ਦਾ। ਅੱਛਾ ਜੀ। ਅਤੇ ਜਦੋਂ ਮੈਂ ਦੁਕਾਨ ਕੀਤੀ ਤਾਂ ਉਹ ਸਭ ਤੋਂ ਪੱਕੇ ਗਾਹਕ ਸੀ ਮੇਰੇ, ਜਿੱਦਾਂ ਥਾਲੀ ਥੁਲੀ ਦੇ ਪਲੇਟ ਦੇ ਸਾਗਣ ਵਾਲੀ ਦੇ ਪੈਸੇ ਮਿਲਣੇ ਬਰਾਤ 'ਚੋਂ, ਕਿਉਂਕਿ ਵੇਟਰ ਦਾ ਕੰਮ ਵੀ ਕਰਦੇ, ਸਿੱਧਾ ਮੇਰੇ ਕੋਲ ਲੈ ਕੇ ਦੇ ਦੇ ਬੈਲ ਬੜਮ ਬੈਸ। ਅਤੇ ਉਹ ਰਿਹਾ, ਉਹ ਫਿਰ ਮੈਂ ਵਿੱਕੀ ਨੂੰ ਪੁੱਛਿਆ, ਮੈਂ ਕਿਹਾ ਕਿਵੇਂ, ਕਹਿੰਦਾ ਵੀਰੇ ਕੱਲ੍ਹ ਨੂੰ ਵੀ ਹੈਗਾ ਸਾਨੂੰ ਆਇਆ ਸੱਦਾ ਜਿਹਾ ਕਿਸੇ ਦੀ ਰਾਤ ਮੱਝ ਜਿਵੇਂ ਹੋਈ ਅਤੇ ਅਸੀਂ ਚੱਕਣ ਜਾਣੀ, ਤੁਸੀਂ ਆ ਜਾਓ ਦੇਖ ਲਿਓ। ਫਿਰ ਉਹ ਜਾ ਵੜਦੇ ਸੀ, ਉਹ ਸ਼ਾਇਦ ਤਾਂ ਕਰਕੇ ਡਰ ਡੁਰ ਵਾਲਾ ਨਹੀਂ ਆਇਆ ਜਿਵੇਂ ਜਪਜੀ ਵਰਗਾ ਲੱਗਿਆ। ਹੁਣ ਸਾਡੇ, ਹੁਣ ਤੁਹਾਨੂੰ ਪਤਾ ਆਪਣੇ ਨਾਟਕ ਵਾਲਿਆਂ ਨੂੰ ਥਾਂ ਥੂੰ ਕਿੱਥੇ ਮਿਲਦੀ ਸੀ, ਅਤੇ ਭਗਤ ਸਿੰਘ ਕਾਲਜ ਦੇ ਸਾਹਮਣੇ ਸ਼ਾਂਤੀਵਨ ਸੀ, ਟੋਨੀ ਬਾਦਸ਼ ਭਾਜੀ ਸਾਨੂੰ ਰਿਹਰਸਲ ਉਹਦੇ 'ਚ ਕਰਾਉਂਦੇ ਸੀ, ਉੱਥੇ ਹੀ ਅਸੀਂ ਰਿਹਰਸਲ ਕਰਦੇ ਸੀ, ਉੱਥੇ ਰਾਤ ਨੂੰ ਵੀ ਰਿਹਰਸਲ ਕਰਨੇ, ਉਹ ਪਰਾਂ ਮੁਰਦਾ ਸੜੀ ਜਾਂਦਾ, ਇੱਥੇ ਉਵੇਂ ਜੇ ਠੰਡ ਦੇ ਦੇਣਾ, ਅਤੇ ਬਾਈ ਨੇ ਕਹਿਣਾ ਵੀ ਉਹ ਕੋਲੇ 'ਚ ਚੱਕ ਲਓ ਇਹਨੂੰ ਯਾਰ ਠੰਡ ਆ। ਚੇਨ ਸਰਕਲ ਹੀ ਆ, ਉਹ ਕੁਛ ਨਾ ਕੁਛ ਹੁੰਦਾ, ਜਿਵੇਂ ਆਪਾਂ ਬੜੀ ਸਿੰਪਲ ਗੱਲ ਆ ਵੀ ਆਪਾਂ ਕਹਿੰਦੇ ਵੀ ਬੱਚੇ ਤੇ ਬਜ਼ੁਰਗ ਸੇਮ ਹੈ, ਉਹ ਜੰਮਦੇ ਤੇ ਉਹ ਢਲਦੇ, ਜੇ ਉਹ ਸੇਮ ਹੈ ਤਾਂ ਫਿਰ ਇਹ ਜਿੰਨੀਆਂ ਅਸੀਂ ਚੀਜ਼ਾਂ ਕੀਤੀਆਂ ਉਹਨਾਂ ਕੁ ਦਾ ਹਿਸਾਬ ਵੀ ਉਹ ਚੀਜ਼ ਦੁਬਾਰਾ ਫਿਰ ਆਉਂਦੀ ਆ, ਫਿਰ ਹੁੰਦੀ ਆ, ਫਿਰ ਉਵੇਂ ਕਰਦੇ ਆ। ਬਹੁਤ ਖੂਬ ਬਾਈ ਜੀ, ਤੁਹਾਡੀ ਫਿਲਮ ਬਹੁਤ ਚੱਲੇ, ਤੁਹਾਡੀ ਫਿਲਮ ਨਾ ਤੁਹਾਡੀਆਂ ਫਿਲਮਾਂ ਦੇ ਹੀ ਰਿਕਾਰਡ ਤੋੜੇ, ਆਪਾਂ ਕਿਸੇ ਦੇ ਕਿਉਂ ਤੋੜਨੇ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਕਮਾਲ ਹੋ ਜੀ, ਬਿਲਕੁਲ ਥੈਂਕ ਯੂ। ਪਰ ਪਈਏ ਗਿਣਦਿਆਂ ਗਿਣਦਿਆਂ ਥੁੱਕ ਮੁੱਕ ਜੇ ਤੁਹਾਡਾ, ਸਾਡਾ ਨਹੀਂ ਪ੍ਰੋਡਿਊਸਰ ਸਾਹਿਬ। ਚਲੋ ਉਹਨਾਂ ਦਾ ਜੇ ਮੁੱਕੂਗਾ ਤਾਂ ਉਹ ਅਗਲੀ ਬਣਾਉਣੀ, ਫਿਰ ਤੁਸੀਂ ਆਪਦਾ ਭਾਅ ਦੁੱਗਣਾ ਦੱਸੋਗੇ। ਨਹੀਂ, ਉਹਦੇ 'ਚ ਐਂ ਵੀ ਹੁੰਦਾ ਵੀ ਕਈ ਵਾਰੀ ਜਦੋਂ ਫਿਲਮ ਚੱਲ ਜਾਂਦੀ ਆ, ਉਹ ਬੰਦਾ ਲੈਂਦਾ ਨਹੀਂ, ਉਹ ਕਹਿੰਦਾ ਯਾਰ ਕਿ ਹੋਰ ਵੱਡੇ ਨਾ ਬਣਾਉਣੇ ਪੈਸੇ, ਵਾਹਵਾ ਆ ਗਏ। ਠੀਕ ਆ, ਇਹ ਵੀ ਠੀਕ ਹੈ, ਅਸੀਂ ਤੁਹਾਡੀ ਫਿਲਮ ਦੇਖਾਂਗੇ। ਥੈਂਕ ਯੂ, ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਹੋ? ਦੇਖ ਉਹ ਜਿਵੇਂ ਮਰਜ਼ੀ ਆ ਵੀ ਉਹਨਾਂ ਦਾ ਕੀ ਸੈਟਿੰਗ ਪੈਂਦੀ, ਨਹੀਂ ਤੂੰ ਗੱਡੀ ਚੱਕ ਕੇ ਆ ਜਾ ਫਿਰ ਵੀ ਆਪਾਂ ਹੋ ਜਾਂਦੇ। ਨਹੀਂ, ਲੈਣਾ ਸਾਹਿਬ ਨੂੰ ਵੀ ਤੁਹਾਡੀ ਬਹੁਤ ਤਰੀਕ ਸੀ, ਔਰ ਅਸੀਂ ਗਾਹੇ ਬਗਾਹੇ ਵੀ ਤੁਹਾਡੇ ਦੋਵਾਂ ਦਾ ਜ਼ਿਕਰ ਜ਼ਰੂਰ ਕਰਦੇ ਹਾਂ, ਅਸੀਂ ਤੁਹਾਡੇ ਬੜੇ ਕਦਰਦਾਨ ਆ। ਥੈਂਕ ਯੂ ਜੀ ਬਾਈ, ਤੁਹਾਡੇ ਵਿੱਚੋਂ ਸੱਚੀ ਮੁੱਚੀ ਇੱਕ ਪੰਜਾਬਣ ਵਾਲੀ ਝਲਕ ਪੈਂਦੀ ਆ, ਉਹ ਮੈਂ ਜਾਣਾ ਮੈਂ ਖਾਣਾ ਉਹ ਨਹੀਂ, ਸੱਚੀ ਮੁੱਚੀ ਕਮਾਲ ਪੇਟ ਤਾਂ ਵਾਲੀ। ਥੈਂਕ ਯੂ, ਆਂਦੀ ਪੈਸੀ ਜਾਂਦੀ ਪੈਸੀ ਉਹ ਨਹੀਂ, ਚੋਲ ਕੋਲੀ ਉਹ ਨਹੀਂ ਹੈ। ਬਾਈ ਜੀ, ਤੁਹਾਡੀ ਫਿਲਮ ਸੱਚੀ ਮੁੱਚੀ ਬਹੁਤ ਚੱਲੇ, ਤੇ ਅਸੀਂ ਇੱਕ ਵਾਰੀ ਫੇਰ ਬੇਨਤੀ ਕਰ ਲਿਆ ਵੀ 1 ਸਤੰਬਰ ਨੂੰ ਇਹ ਚੇਤਾ ਸਿੰਘ ਆਉਣੀ ਆ, ਚੇਤੇ ਰੱਖਿਓ, ਹਰ ਰੋਜ਼ 1 ਦਿਨ ਘਟਦਾ, 1 ਘੰਟਾ ਪਿੱਛੇ ਨੂੰ ਨਿਕਲ ਜਾਂਦਾ, ਸੋ ਇਸ ਕਰਕੇ ਚੇਤਾ ਸਿੰਘ ਚਲੇ ਫਿਰ ਆਪਾਂ। ਬਿਲਕੁਲ, ਫਿਲਹਾਲ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਆ ਜੀ, ਜਾਣ ਦਾ ਵੇਲਾ ਹੋ ਗਿਆ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਚਾਰਾਂ ਦੇ ਇਜਾਜ਼ਤ, ਸਤਿ ਸ੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।